ਸਤਿ ਸ਼੍ਰੀ ਅਕਾਲ, ਮੈਂ ਹਾਂ ਜਸਵੀਰ ਅਤੇ ਟੀ ਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਅਸੀਂ ਪਹੁੰਚੇ ਹੋਏ ਹਾਂ ਸੁਲਤਾਨਪੁਰ ਲੋਧੀ, ਉਹ ਸਥਾਨ ਜਿੱਥੋਂ ਵਗਦੀ ਵੇਈ, ਪਵਿੱਤਰ ਵੇਈ, ਜਿਹਦੇ ਨਾਲ ਸਿੱਧੇ ਤੌਰ 'ਤੇ ਰਾਬਤਾ ਜਾ ਜੁੜਦਾ ਆ ਬਾਬੇ ਨਾਨਕ ਦਾ। ਬਾਬਾ ਨਾਨਕ ਜਦੋਂ ਕਹਿੰਦੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੁਇ ਦਾਈ ਦਇਆ ਖੇਲੈ ਸਗਲ ਜਗਤ, ਕੁਦਰਤ ਅਤੇ ਕਾਦਰ ਦੋਨਾਂ ਨੂੰ ਇੱਕਮਿਕ ਕਰਦੇ ਹੋਏ ਦੇਖਦੇ ਆ। ਔਰ ਇਸ ਸਥਾਨ ਦੇ ਉੱਤੇ ਜਦੋਂ ਕੁਦਰਤ ਅਤੇ ਕਾਦਰਤ ਨੂੰ ਅਸੀਂ ਇੱਕਮਿਕ ਹੁੰਦੇ ਦੇਖਦੇ ਹਾਂ, ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਚੱਲਦੀਆਂ ਤਿਆਰੀਆਂ ਦੇ ਉੱਤੇ ਇੱਕ ਨਜ਼ਰਸਾਨੀ ਕਰਨੀ ਬਣਦੀ ਹੈ, ਕਿਉਂਕਿ ਸੁਲਤਾਨਪੁਰ ਲੋਧੀ ਦੇ ਵਿੱਚ ਇਸ ਵੇਲੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਲਗਾਤਾਰ ਤਿਆਰੀਆਂ ਚੱਲਦੀਆਂ ਪਈਆਂ ਨੇ। ਔਰ ਇਹਨਾਂ ਤਿਆਰੀਆਂ ਦੇ ਦਰਮਿਆਨ ਬਹੁਤ ਸਾਰੇ ਵਿਦਿਆਰਥੀ ਭਾਰਤ ਦੇ ਵੱਖ ਵੱਖ ਹਿੱਸਿਆਂ 'ਚੋਂ ਅਤੇ ਕਈ ਵਿਦਿਆਰਥੀ ਦੂਜੇ ਮੁਲਕਾਂ ਤੋਂ ਇੱਥੇ ਪਹੁੰਚੇ ਹੋਏ ਆ, ਜਿਹੜੇ ਲਗਾਤਾਰ ਇੱਥੇ ਸਾਫ਼ ਸਫਾਈ ਦਾ ਕੰਮ ਕਰ ਰਹੇ ਆ, ਵੱਖਰੇ ਵੱਖਰੇ ਥਾਵਾਂ ਦੇ ਉੱਤੇ ਜਾ ਕੇ ਵੱਖਰੇ ਵੱਖਰੇ ਗਰੁੱਪ ਬਣਾ ਕੇ ਇਹਨਾਂ ਵੱਲੋਂ ਸਫਾਈ ਅਭਿਆਨ ਚਲਾਇਆ ਜਾ ਰਿਹਾ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਸੁਲਤਾਨਪੁਰ ਲੋਧੀ ਦੇ ਵਸਨੀਕ ਵੀ ਇਸ ਸਾਰੇ ਕੰਮ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਆ। ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਦੀ ਰਹਿਨੁਮਾਈ ਦੇ ਵਿੱਚ ਇੱਕ ਕੈਂਪ ਲਗਾਇਆ ਗਿਆ, ਜਿਸ ਕੈਂਪ ਦੇ ਵਿੱਚ ਆਣ ਕੇ ਇਹ ਬੱਚੇ ਜਿਹੜੇ ਆ ਸਫਾਈ ਅਭਿਆਨ ਦੇ ਨਾਲ ਜੁੜੇ ਹੋਏ ਆ। ਅੱਜ ਕੋਸ਼ਿਸ਼ ਕਰਾਂਗੇ ਕਿ ਇੱਥੇ ਜਿਹੜੇ ਵਿਦਿਆਰਥੀ, ਜਿਹੜੇ ਬੱਚੇ ਵੱਖ ਵੱਖ ਸੂਬਿਆਂ ਅਤੇ ਵੱਖ ਵੱਖ ਮੁਲਕਾਂ 'ਚੋਂ ਆਏ ਨੇ, ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਜਾਣਿਆ ਜਾਵੇ ਕਿ ਇੱਥੇ ਪਹੁੰਚ ਕੇ ਕਿਹੋ ਜਿਹਾ ਮਹਿਸੂਸ ਕਰ ਰਹੇ ਨੇ, ਕਿੰਨਾ ਕੁ ਉਹ ਜੁੜੇ ਹੋਏ ਨੇ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਦੇ ਨਾਲ, ਕਿੰਨਾ ਕੁ ਆਪਣੱਤ ਮਹਿਸੂਸ ਕਰਦੇ ਆ ਪੰਜਾਬ ਦੇ ਮਾਹੌਲ ਦੇ ਵਿੱਚ, ਅਤੇ ਕਿੰਨੀ ਕੁ ਤਨਦੇਹੀ ਦੇ ਨਾਲ ਇਸ ਸਾਫ ਸਫਾਈ ਦੀ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ। ਵਿਦਿਆਰਥੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਔਰ ਇਹਨਾਂ ਤੋਂ ਜਾਣਦੇ ਹਾਂ ਕਿੱਦਾਂ ਦਾ ਅਹਿਸਾਸ ਇਹਨਾਂ ਨੂੰ ਇੱਥੇ ਆਣ ਕੇ ਹੋ ਰਿਹਾ ਹੈ, ਕਿਸ ਤਰੀਕੇ ਨਾਲ ਇਸ ਮੁਹਿੰਮ ਦੇ ਨਾਲ ਇਹ ਜੁੜੇ ਨੇ। ਕੁਝ ਵਿਦਿਆਰਥੀ ਮੇਰੇ ਆਲੇ ਦੁਆਲੇ ਖੜ੍ਹੇ ਆ, ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ। ਮੈਨੂੰ ਪਤਾ ਹੈ ਕਿ ਪੰਜਾਬੀ ਤੁਸੀਂ ਬੋਲ ਨਹੀਂ ਪਾਓਗੇ ਠੀਕ ਤਰੀਕੇ ਨਾਲ, ਪਰ ਇੰਨਾ ਜ਼ਰੂਰ ਜਾਣਦਾ ਮੇਰੀ ਪੰਜਾਬੀ ਸਮਝ ਜ਼ਰੂਰ ਲਓਗੇ। ਮੈਂ ਸੌਖਾ ਸੌਖਾ ਬੋਲਣ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਹਿੰਦੀ ਦੇ ਵਿੱਚ ਜਵਾਬ ਜਿਹੜਾ ਉਹ ਦੇ ਸਕਦੇ। ਇਹ ਮਜਬੂਰੀ ਹੈ, ਮੈਂ ਆਪਣੇ ਵਿਊਵਰਸ ਨੂੰ ਵੀ ਇਹ ਦੱਸ ਦੇਵਾਂ ਕਿ ਕਿਹੜੀ ਸਟੇਟ ਤੋਂ ਆਏ ਹੋ ਤੁਸੀਂ? ਜੀ, ਮੇਰਾ ਨਾਮ ਦੀਪਕ ਹੈ, ਮੈਂ ਮੱਧ ਪ੍ਰਦੇਸ਼ ਹੂੰ। ਮੱਧ ਪ੍ਰਦੇਸ਼ ਹਮਾਰੀ ਯਹਾਂ ਪੇ ਪੂਰੀ ਟੀਮ ਆਈ ਹੋਈ ਹੈ, ਗੁਰੂ ਨਾਨਕ ਕੀ ਜੋ ਪਾਵਨ ਧਰਤੀ ਹੈ, ਇਸ ਪਾਵਨ ਧਰਤੀ ਸੁਲਤਾਨਪੁਰ ਲੋਧੀ ਪਰ ਹਮਾਰੀ ਟੀਮ ਯਹਾਂ ਪੇ ਆਈ ਹੋਈ ਹੈ, ਔਰ ਯਹਾਂ ਪਰ ਇੱਕ ਏਕਤਾ ਕਾ ਸੰਦੇਸ਼, ਸਦਭਾਵਨਾ ਕਾ ਸੰਦੇਸ਼ ਯਹਾਂ ਪਰ ਹਮਾਰੀ ਟੀਮ ਬੜੇ ਇਤਨੇ ਅੱਛੇ ਵਿਚਾਰ ਕੇ ਸਾਥ ਯਹਾਂ ਪਰ ਕੰਮ ਕਰ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਏਕਤਾ ਦੀ ਗੱਲ ਕਰਦੇ ਹਾਂ, ਸਰਬੱਤ ਦੇ ਭਲੇ ਦੀ। ਸਰਬੱਤ ਦੇ ਭਲੇ ਦੀ ਮਤਲਬ ਸਭ ਦਾ ਭਲਾ ਹੋਵੇ, ਸਭ ਦਾ ਚੰਗਾ ਹੋਵੇ, ਇਹ ਇਸ ਫਿਲੋਸਫੀ ਦੇ ਉੱਤੇ ਉਹ ਜ਼ੋਰ ਜ਼ਿਆਦਾ ਦਿੰਦੇ ਆ, ਔਰ ਉਸੇ ਸੁਨੇਹੇ ਨੂੰ ਲੈ ਕੇ ਆਏ ਹੋ। ਕਿੰਨਾ ਕੁ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਨੂੰ ਜਾਣਦੇ ਹੋ, ਜਾਂ ਫਿਰ ਇੱਥੇ ਆਣ ਕੇ ਜਾਣਨਾ ਸ਼ੁਰੂ ਕੀਤਾ, ਪਹਿਲਾਂ ਨਹੀਂ ਜ਼ਿਆਦਾ ਪਤਾ ਸੀਗਾ? ਜੀ, ਪਹਿਲੇ ਜੋ ਹੈ ਗੁਰੂ ਨਾਨਕ ਦੇਵ ਜੀ ਬਾਰੇ ਹਮ ਸਭ ਨੇ ਪੜ੍ਹਾ ਹੈ ਕਿ ਉਹ ਯਹਾਂ ਕੇ ਸਿੱਖੋ ਕੇ ਪ੍ਰਥਮ ਗੁਰੂ ਹੈ, ਹਮਨੇ ਉਨਕੇ ਬਾਰੇ ਮੇਂ ਜਾਨਾ ਵੀ ਹੈ, ਪਰ ਯਹਾਂ ਕੈਂਪ ਮੇਂ ਆ ਕੇ ਸੁਲਤਾਨਪੁਰ ਲੋਧੀ ਆ ਕੇ ਕਿ ਯਹਾਂ ਪਰ ਕਿਸ ਪ੍ਰਕਾਰ ਸੇ ਗੁਰੂ ਨਾਨਕ ਦੇਵ ਜੀ ਰਹਾ ਕਰਦੇ ਥੇ, ਕਿਸ ਪ੍ਰਕਾਰ ਸੇ ਉਨ੍ਹਾਂ ਨੇ ਆਪਣੇ ਜੀਵਨ ਯਹਾਂ ਪਰ ਬਿਤਾਇਆ ਹੈ, ਕਿਸ ਪ੍ਰਕਾਰ ਜੋ 13 ਸਾਲ 6 ਮਹੀਨੇ ਜੋ ਯਹਾਂ ਪਰ ਰਹੇ ਹੋ ਗੁਰੂ ਨਾਨਕ ਦੇਵ ਜੀ, ਉਨਕੇ ਜੀਵਨ ਸਟਾਈਲ ਕੈਸਾ ਥਾ, ਉਨਕਾ ਲਾਈਫ ਸਟਾਈਲ ਕੈਸਾ ਥਾ, ਉਹ ਸਭ ਲੋਕ ਹਮ ਯਹਾਂ ਪਰ ਆ ਕੇ ਉਸ ਚੀਜ਼ ਕੋ ਜਾਣ ਰਹੇ ਯਹਾਂ ਪਰ, ਔਰ ਹਮਾਰੇ ਜੋ ਵੀ ਹਮਾਰੇ ਅੰਦਰ ਜੋ ਗੁਰੂ ਨਾਨਕ ਦੇਵ ਜੀ ਕੋ ਹਮ ਜੋ ਨਹੀਂ ਜਾਣ ਪਾਏ ਥੇ, ਉਹ ਸਾਰੀ ਚੀਜ਼ ਯਹਾਂ ਸੇ ਹਮ ਗ੍ਰਹਿਣ ਕਰ ਰਹੇ ਯਹਾਂ ਸੇ।
ਪੰਜਾਬੀਆਂ ਦਾ ਵਿਵਹਾਰ ਕਿਹੋ ਜਿਹਾ ਲੱਗਦਾ, ਕਿਹੋ ਜਿਹਾ ਤੁਹਾਡੇ ਨਾਲ ਟ੍ਰੀਟ ਕੀਤਾ ਜਾਂਦਾ ਪੰਜਾਬੀਆਂ ਵੱਲੋਂ? ਪੰਜਾਬੀਓ ਕੇ ਵਿਵਹਾਰ ਲਾਜਵਾਬ, ਲਾਜਵਾਬ, ਕੋਈ ਜਵਾਬ ਨਹੀਂ। ਸਭ ਜਗ੍ਹਾ ਜਾਤੇ ਬੜਾ ਪਿਆਰ ਮਿਲਤਾ ਹੈ, ਬੜਾ ਸਨਮਾਨ ਮਿਲਤਾ ਹੈ, ਬੜਾ ਅੱਛਾ ਲੱਗਤਾ, ਦਿਲ ਨੂੰ ਬੜਾ ਅੱਛਾ ਲੱਗਤਾ ਹੈ। ਅੱਛਾ, ਇੱਕ ਕੈਂਪ ਹੈ, ਵੱਖਰੀਆਂ ਵੱਖਰੀਆਂ ਸਟੇਟਸ ਤੋਂ ਤੁਸੀਂ ਆਏ ਹੋ, ਕੋਈ MP ਤੋਂ, ਕੋਈ AP ਤੋਂ, ਕੋਈ ਰਾਜਸਥਾਨ ਤੋਂ, ਕੋਈ ਹਿਮਾਚਲ ਤੋਂ, ਵੱਖਰੇ ਵੱਖਰੇ ਸਟੇਟਸ ਤੋਂ ਤੁਸੀਂ ਆਏ ਹੋਏ ਹੋ। ਇਹ ਜਿਹੜਾ ਕੈਂਪ ਲੱਗਾ ਆ, ਕਿਹਨਾਂ ਦੇ ਵੱਲੋਂ ਔਰਗਨਾਈਜ਼ ਕੀਤਾ ਗਿਆ ਸੀ, ਤੁਹਾਡੇ ਨਾਲ ਕਿਸ ਤਰੀਕੇ ਨਾਲ ਰਾਬਤਾ ਬਣਿਆ, ਜਾਂ ਤੁਸੀਂ ਕਿਸ ਤਰੀਕੇ ਨਾਲ ਇਸ ਕੈਂਪ ਤੱਕ ਪਹੁੰਚੇ ਹੋ? ਬਿਲਕੁਲ, ਹਮਾਰਾ ਔਰਗਨਾਈਜੇਸ਼ਨ ਹੈ ਨੈਸ਼ਨਲ ਯੂਥ ਪ੍ਰੋਜੈਕਟ, ਜੋ ਕਿ ਨਿਊ ਦਿੱਲੀ ਦੁਆਰਾ ਹੈਂਡਲ ਕੀਆ ਜਾਤਾ ਹੈ, ਵੋ ਹੋ ਰਿਹਾ ਔਰਗਨਾਈਜੇਸ਼ਨ ਹੈ ਹਮਾਰਾ, NGO ਜੋ ਹੈ, ਇਸੀ ਕੇ ਥਰੂ ਹਮ ਸਭੀ ਲੋਕ ਯਹਾਂ ਪੇ ਇਕੱਠੇ ਹੋਏ ਹੈ। ਇੱਕ ਸਦਭਾਵਨਾ ਕਾ ਹਮ ਇੰਟਰਨੈਟ ਜੋ ਹੈ ਇੰਟਰਨੈਸ਼ਨਲ ਕੈਂਪ ਹੈ ਯਹਾਂ ਪੇ, ਗੁੱਡਵਿਲ ਕੈਂਪ ਹੈ, ਇਸ ਕੈਂਪ ਮੇਂ ਹਮ ਸਭੀ ਲੋਕ ਆਏ ਹੋਏ ਹੈ। ਇਸ ਪ੍ਰਕਾਰ ਕੇ ਹਮਾਰੇ ਸਾਲ ਭਰ ਮੇਂ 5-6 ਕੈਂਪ ਹੋਤੇ ਹੈ, ਤੋ ਇਸ ਪ੍ਰਕਾਰ ਸੇ ਗੁਰੂ ਨਾਨਕ ਦੇਵ ਜੀ ਕੇ 550 ਪ੍ਰਕਾਸ਼ ਪਰਵ ਕੇ ਉਪਲਕਸ਼ ਮੇਂ ਇਹ ਵਾਲਾ ਕੈਂਪ ਯਹਾਂ ਪੇ ਆਯੋਜਿਤ ਕੀਆ ਜਾ ਰਿਹਾ ਹੈ ਸੁਲਤਾਨਪੁਰ ਲੋਧੀ ਮੇਂ। ਜੀ, ਹਮਾਰੇ ਡਾਇਰੈਕਟਰ ਇਸ ਕੈਂਪ ਕੇ ਹੈ ਡਾਕਟਰ ਐਸਨ ਸੁੱਬਾ ਰਾਵ ਜੀ, ਜਿਸ ਕੋ ਪੂਰਾ ਦੇਸ਼, ਪੂਰਾ ਵਿਦੇਸ਼ ਆਦਰਣੀ ਭਾਈ ਜੀ ਕੇ ਨਾਮ ਸੇ ਜਾਣਾ ਜਾਤਾ ਹੈ। ਜੀ, ਔਰ ਆਪਕੋ ਅੱਛਾ ਲੱਗ ਰਿਹਾ ਹੈ ਵਿੱਚ, ਇਹਨਾਂ ਦੀਆਂ ਗੱਲਾਂ ਸੁਣ ਕੇ ਮੇਰੀ ਹਿੰਦੀ ਵੀ ਬਾਹਰ ਨਿਕਲ ਆਉਂਦੀ, ਪਰ ਇੰਨੀ ਵਧੀਆ ਨਹੀਂ, ਮੈਂ ਪਹਿਲਾਂ ਗੱਲ ਦੱਸ ਦਿੰਦਾ, ਕਿਉਂਕਿ ਜਦੋਂ ਅਸੀਂ ਇੱਕ ਦੂਜੇ ਨਾਲ ਸੰਵਾਦ ਰਚਾਉਂਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ, ਤਾਂ ਫਿਰ ਭਾਸ਼ਾ ਭਾਵੇਂ ਕੋਈ ਵੀ ਹੋਵੇ ਇੱਕ ਦੂਜੇ ਦੇ ਉੱਤੇ ਪ੍ਰਭਾਵ ਜ਼ਰੂਰ ਪਾਉਂਦੀ ਹੈ, ਖਾਸ ਤੌਰ 'ਤੇ ਜਦੋਂ ਬਿਹਤਰ ਤਰੀਕੇ ਨਾਲ ਬੋਲੀ ਜਾਵੇ। ਹਿੰਦੀ ਬਹੁਤ ਖੂਬਸੂਰਤ ਤਰੀਕੇ ਨਾਲ ਬੋਲਦੇ, ਇਸ ਕਰਕੇ ਇਹਨਾਂ ਦੀ ਹਿੰਦੀ ਮੇਰੇ 'ਤੇ ਅਸਰ ਪਾਉਂਦੀ ਹੈ, ਹੋ ਸਕਦਾ ਜੇ ਮੈਂ ਚੰਗੀ ਪੰਜਾਬੀ ਬੋਲਾਂ ਤਾਂ ਇਹਨਾਂ ਦੇ ਉੱਤੇ ਵੀ ਪੰਜਾਬੀ ਜਿਹੜੀ ਆ ਉਹ ਅਸਰ ਪਾਵੇ। ਤੁਸੀਂ ਆਪਣਾ ਨਾਮ ਦੱਸ ਦਿਓ, ਤੁਸੀਂ ਵੀ MP ਤੋਂ ਆਏ ਹੋ? ਜੀ। ਨਾਮ ਕਿਆ ਹੈ? ਖੁਸ਼ਬੂ ਚੰਦੇਲ। ਕੈਸਾ ਲੱਗ ਰਿਹਾ ਹੈ ਯਹਾਂ? ਬਹੁਤ ਅੱਛਾ ਲੱਗ ਰਿਹਾ ਹੈ ਯਹਾਂ ਪਰ ਆ ਕੇ, ਸਭਸੇ ਮਿਲ ਕੇ ਮੁਝੇ ਬਹੁਤ ਅੱਛੀ ਫੀਲਿੰਗ ਹੋ ਰਹੀ ਹੈ। ਮੈਂ ਦੇਖਣਾ ਚਾਹਤੀ ਥੀ ਪੰਜਾਬ, ਆਉਣਾ ਚਾਹਤੀ ਥੀ ਮੈਂ ਯਹਾਂ ਪਰ। ਪਹਿਲੀ ਵਾਰੀ ਆਏ ਹੋ? ਪਹਿਲੀ ਵਾਰ। ਬਹੁਤ ਅੱਛਾ ਲੱਗਾ ਯਹਾਂ ਪੇ ਆ ਕੇ, ਬਹੁਤ ਕੁਛ ਜਾਣਨੇ ਕਾ ਮੌਕਾ ਮਿਲਾ ਗੁਰੂ ਜੀ ਕੇ ਬਾਰੇ ਮੇਂ, ਗੁਰੂ ਨਾਨਕ ਜੀ ਕੇ ਬਾਰੇ ਮੇਂ, ਔਰ ਹਮ ਸਭੀ ਸਟੂਡੈਂਟ ਏਕਤਾ ਸਿੱਖੀ ਯਹਾਂ ਪਰ ਹਮ ਲੋਗੋਂ ਨੇ, ਸਭ ਧਰਮ ਏਕ ਹੋਤੇ ਹੈ, ਇਹ ਵੀ ਸਿੱਖਿਆ ਹਮ ਲੋਗੋਂ ਨੇ ਯਹਾਂ। ਇਹ ਵੀ ਸਿੱਖਿਆ ਨਾਲ ਦੀ ਨਾਲ, ਇੱਕ ਜਦੋਂ ਮੋਰਨਿੰਗ ਸੈਸ਼ਨ ਤੁਹਾਡਾ ਹੁੰਦਾ ਅਤੇ ਉਸ ਮੋਰਨਿੰਗ ਸੈਸ਼ਨ ਦੇ ਵਿੱਚ ਬਕਾਇਦਾ ਸਫਾਈ ਅਭਿਆਨ ਵੀ ਚੱਲਦਾ ਆ, ਆਸ ਪਾਸ ਦੇ ਤੁਹਾਨੂੰ ਟਾਸਕ ਦਿੱਤੇ ਜਾਂਦੇ ਆ, ਅਤੇ ਸਫਾਈ ਦੇ ਵਿੱਚ ਖੁਦਾਈ ਹੁੰਦੀ ਹੈ ਨਾ, ਸਫਾਈ ਜਿੱਥੇ ਹੋਵੇ ਪਰਮਾਤਮਾ ਦਾ ਵਾਸ ਉੱਥੇ ਹੁੰਦਾ, ਇਹ ਵੀ ਫਿਲੋਸਫੀ ਜਿਹੜੀ ਆ ਉਹ ਕਹਿੰਦੀ ਹੈ। ਅਤੇ ਸਵੇਰ ਨੂੰ ਜਿਹੜਾ ਟਾਸਕ ਹੁੰਦਾ, ਸਿਰਫ ਇੱਕ ਸਟੇਟ ਦੇ ਇੱਕ ਜਗ੍ਹਾ 'ਤੇ ਲੱਗਦੇ, ਜਾਂ ਵੱਖਰੀਆਂ ਵੱਖਰੀਆਂ ਸਟੇਟਸ ਦੇ ਤੁਹਾਡੇ ਜਿਹੜੇ ਸਾਥੀ ਆ ਉਹਨਾਂ ਨੂੰ ਵੱਖਰਾ ਵੱਖਰਾ ਡਿਵਾਈਡ ਕਰਕੇ ਲਾਇਆ ਜਾਂਦਾ, ਜਾਂ ਨਹੀਂ ਕਿ ਇੱਕੋ ਸਟੇਟ ਦੇ ਇੱਕ ਜਗ੍ਹਾ 'ਤੇ ਗਰੁੱਪ ਲੱਗੇਗਾ ਅਤੇ ਕੰਮ ਵਧੀਆ ਹੋਏਗਾ, ਇੱਦਾਂ ਕੀਤਾ ਜਾਂਦਾ? ਮਤਲਬ ਇੱਕ ਸਟੇਟ ਕਿ ਮਤਲਬ ਡਿਊਟੀ ਲਗਾਤੇ ਹਮ ਲੋਗੋ ਕੀ, ਅਲੱਗ ਅਲੱਗ ਸਟੇਟ 'ਚ ਆਏ ਹਮ ਲੋਕ, ਤੋ ਹਮ ਲੋਕੋ ਕਾ ਗਰੁੱਪ ਬਣਾ ਹੁਆ ਹੈ, ਤੋ ਉਸਮੇ ਹਮ ਲੋਗੋ ਕੀ ਡਿਊਟੀ ਵਹਾਂ ਸੇ ਅਲੋਟ ਹੋਤੀ ਹੈ ਕਿ ਆਪਕੋ ਯਹਾਂ ਜਾਣਾ ਹੈ, ਵਹਾਂ ਜਾਣਾ ਹੈ, ਐਸੇ ਸਫਾਈ ਕਰਨਾ ਹੈ, ਸਭਕੋ ਅਲੱਗ ਅਲੱਗ ਜਗ੍ਹਾ ਬਤਾ ਦਿਆ ਜਾਤਾ ਹੈ, ਤੋ ਸਭੀ ਲੋਕ ਆ ਜਾਤੇ ਹੈਂ। ਸਭੀ ਲੋਕ ਆ ਜਾਤੇ ਹੈ, ਠੀਕ ਹੈ। ਮੇਰੇ ਖਿਆਲ ਹੈ ਡਿਟੇਲ ਦੇ ਵਿੱਚ ਜਿਹੜੇ ਆ ਉਹ ਮੈਡਮ ਹੁਣੀ ਜ਼ਰੂਰ ਦੱਸਣਗੇ, ਤੁਸੀਂ ਆਪਣਾ ਪਹਿਲਾਂ ਨਾਮ ਦੱਸ ਦਿਓ। ਮੈਂ ਸੋਨਾਲੀ ਬਸੀਆ, ਮੱਧ ਪ੍ਰਦੇਸ਼ ਇੰਦੌਰ ਸੇ, NYP ਵਾਲੰਟੀਅਰ ਲੀਡਰ ਵਾਲੰਟੀਅਰ ਕੇ ਰੂਪ ਮੈਂ ਯਹਾਂ ਆਈ ਹੂੰ। ਜੈਸਾ ਆਪਨੇ ਸਵਾਲ ਕੀਆ ਅਭੀ ਕਿ ਜੋ ਹਮ ਫੀਲਡ ਵਰਕ ਸੁਬਹ ਦੀਏ ਜਾਤੇ ਹੈ ਵੋ ਸਟੇਟ ਵਾਈਜ਼ ਪਰਟੀਕੁਲਰਲੀ ਡਿਵਾਈਡ ਨਹੀਂ ਕੀਏ ਜਾਤੇ, ਵੋ ਹਮ ਲੋਕ ਕੇ ਗਰੁੱਪਸ ਫਾਰਮ ਕੀਏ ਗਏ ਹੈ, 1-42 ਗਰੁੱਪਸ ਬਣੇ ਹੈ ਯਹਾਂ ਪੇ। ਯਹਾਂ ਪੇ ਆਪਕੋ ਮਾਲੂਮ ਹੋਗਾ ਕਿ ਭਾਰਤ ਕੇ ਸਭੀ ਰਾਜਿਓ ਕੇ ਇਲਾਵਾ 3 ਦੇਸ਼ੋ ਸੇ ਵੀ ਲੋਕ ਆਏ ਹੈ, ਨੇਪਾਲ ਸੇ, ਸ਼੍ਰੀਲੰਕਾ ਸੇ, ਔਰ ਇੰਡੋਨੇਸ਼ੀਆ ਸੇ। ਤੋ ਹਮ ਲੋਕ ਕੇ 1-42 ਤੱਕ ਡਿਵਾਈਡ ਹੈ ਗਰੁੱਪਸ, ਉਨਕੋ ਅਲੱਗ ਅਲੱਗ ਫੀਲਡਸ ਪੇ ਭੇਜਾ ਜਾਤਾ ਹੈ, ਅਲੱਗ ਅਲੱਗ ਕਾਮ ਉਨ੍ਹੇ ਸੌਂਪੇ ਜਾਤੇ ਹੈ, ਜਹਾਂ ਪੇ ਗਰੁੱਪਸ ਮਤਲਬ ਇੱਕ ਸਟੇਟ ਸੇ ਕਹੀਂ ਬਹੁਤ ਜ਼ਿਆਦਾ ਲੋਕ ਆ ਗਏ, ਤੋ ਇੱਕ ਸਟੇਟ ਕੋ ਵੀ ਡਿਵਾਈਡ ਕਰਕੇ ਅਲੱਗ ਅਲੱਗ ਜਗ੍ਹਾਓਂ ਪਰ ਭੇਜਾ ਜਾਤਾ ਹੈ, ਔਰ ਉਨ੍ਹੇ ਆਪਣੇ ਆਪਣੇ ਕਾਮ ਦੀ ਜਾਤੇ, ਵਹਾਂ ਕੇ ਜੋ ਲੋਕਲ ਅਥਾਰਟੀ ਹੈ ਉਨ ਲੋਕੋਂ ਸੇ ਸਜੈਸ਼ਨ ਲਿਆ ਜਾਤਾ ਹੈ ਕਿ ਯਹਾਂ ਪੇ ਕਿਆ ਕਾਮ ਕਰਨਾ ਜ਼ਰੂਰੀ ਹੈ, ਉਨਸੇ ਨਿਰਦੇਸ਼ਨ ਵੀ ਲਿਏ ਜਾਤੇ ਹੈ, ਕਿਸ ਤਰ੍ਹਾਂ ਸੇ ਕਾਮ ਕੀਆ ਜਾਏ ਕਿ ਆਪ ਲੋਕੋਂ ਕੇ ਲਈ ਸੁਵਿਧਾਜਨਕ ਵੋ ਕਾਮ ਹੋ। ਇੱਕ ਚੀਜ਼ ਹੋਰ, ਬੜੀ ਅਜੀਬੋ ਗਰੀਬ ਸਥਿਤੀ ਬਣਦੀ, ਕਈ ਵਾਰੀ ਸਿਚੁਏਸ਼ਨ ਅਜੀਬ ਜਿਹੀ ਬਣ ਜਾਂਦੀ ਹੈ, ਜਿਸ ਤਰੀਕੇ ਨਾਲ ਮੈਂ ਅੰਗਰੇਜ਼ੀ 'ਚ ਬਹੁਤ ਕਮਜ਼ੋਰ ਹਾਂ,
ਹੁਣ ਜਦੋਂ ਤੁਹਾਨੂੰ ਵੱਖਰੀਆਂ ਵੱਖਰੀਆਂ ਸਟੇਟਸ ਦੇ ਨਾਲ ਇੱਕ ਗਰੁੱਪ ਬਣਾ ਦਿੱਤਾ ਜਾਂਦਾ ਆ, ਤੇ ਮੇਰੇ ਵਰਗੇ ਕਈ ਹੋਣਗੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਹੋਏਗੀ, ਸਿਰਫ ਆਪਣੀ ਭਾਸ਼ਾ ਦੇ ਉੱਤੇ ਪਕੜ ਹੋਏਗੀ, ਤੇ ਫਿਰ ਉਹਨਾਂ ਦੇ ਨਾਲ ਜਿਹੜੀ ਇੰਟਰੈਕਸ਼ਨ ਹੁੰਦੀ ਆ, ਜਿਹੜੀ ਗੱਲਬਾਤ ਹੁੰਦੀ ਆ, ਜਿਹੜੀ ਉਹ ਦਿੱਕਤ ਆਉਂਦੀ ਆ, ਉਹ ਕਿਵੇਂ ਦੂਰ ਕੀਤੀ ਜਾਂਦੀ? ਕੋਈ ਮੀਡੀਓਕਰ ਵਿੱਚ ਰੱਖਿਆ ਜਾਂਦਾ ਹੈ, ਟਰਾਂਸਲੇਟਰ ਇੰਟਰਪ੍ਰੇਟਰ ਰੱਖਿਆ ਜਾਂਦਾ, ਜਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਤੁਸੀਂ ਆਪਣੇ ਹਿਸਾਬ ਨਾਲ ਅੰਡਰਸਟੈਂਡਿੰਗ ਕਰ ਲਓ? ਨਹੀਂ, ਐਸਾ ਨਹੀਂ ਹੈ। ਯਹਾਂ ਪੇ ਕਈ ਸਾਰੇ ਲੋਕ ਐਸੇ ਵੀ ਹੈ ਜੋ ਲਗਭਗ 20 ਸਾਲੋਂ ਸੇ 15 ਸਾਲੋਂ ਸੇ NYP ਸੇ ਜੁੜੇ ਹੋਏ ਹੈ, ਤੋ ਯਹਾਂ ਪੇ ਐਸੇ ਲੋਕ ਵੀ ਆਤੇ ਹੈ ਜਿਨ੍ਹਾਂ ਥੋੜ੍ਹੀ ਥੋੜ੍ਹੀ, ਹਮ ਲੋਕ ਕੀ ਕਿਆ ਇੱਕ ਲੈਂਗੁਏਜ ਕਲਾਸ ਵੀ ਹੋਤੀ ਹੈ ਉਸਮੇ, ਬਹੁਤ ਜ਼ਰੂਰੀ ਹੈ ਜੋ, ਤੋ ਉਸਮੇ ਹਮ ਲੋਕ ਆਪਣੀ ਲੈਂਗੁਏਜਿਸ ਇੱਕ ਦੂਸਰੇ ਸੇ ਐਕਸਚੇਂਜ ਕਰਤੇ ਹੈ, ਤੋ ਉਸ ਦੌਰਾਨ ਹਮ ਇੱਕ ਦੂਸਰੇ ਕੀ ਭਾਸ਼ਾ ਸਮਝ ਲੇਤੇ, ਔਰ ਜੋ ਪੁਰਾਣੇ ਵੋਲੰਟੀਅਰਸ ਹੈ ਉਹ ਲੋਕ ਜਾਣਤੇ ਹੈ, ਬਹੁਤ ਅੱਛੀ ਇੰਗਲਿਸ਼ ਵੀ ਜਾਣਤੇ ਹੈ, ਬਹੁਤ ਅੱਛੀ ਹਿੰਦੀ ਵੀ ਜਾਣਤੇ ਹੈ, ਔਰ ਰੀਜਨਲ ਲੈਂਗੁਏਜ ਜੈਸੇ ਕੋਈ ਮਨੀਪੁਰੀ ਭਾਈ ਬਹਿਨ ਹੈ, ਆਸਾਮੀਆ ਹੈ, ਬੰਗਾਲੀ ਹੈ, ਮਲਿਆਲਮ ਹੈ, ਤਾਮਿਲ ਹੈ, ਕੰਨੜਾ ਹੈ, ਉਹ ਲੋਕ ਵੀ ਜਾਣਤੇ ਹੈ, ਔਰ ਜੋ ਨਹੀਂ ਬਾਤ ਕਰ ਪਾਤੇ ਉਨ ਲੋਕੋ ਸੇ ਹਮ ਲੋਕ ਇਸ਼ਾਰੋ ਮੇਂ ਸਮਝਾ ਕੇ ਥੋੜ੍ਹੀ ਥੋੜ੍ਹੀ ਹਿੰਦੀ ਸਭੀ ਲੋਕ ਬੋਲ ਲੇਤੇ ਹੈ, ਸਾਰੇ ਬੋਲ ਲੈਂਦੇ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਪਏ ਹੋ, ਇਸ ਕਰਕੇ ਇੱਕ ਥੋੜ੍ਹੀ ਜਿਹੀ ਗੱਲ ਮੈਂ ਪੁੱਛ ਲੈਣਾ ਪਰਦੇ ਵਾਲੀ ਹੈ। ਕਈ ਵਾਰੀ ਕੁਝ ਗੱਲਾਂ ਹੁੰਦੀਆਂ ਪਰਦੇ ਵਾਲੀਆਂ ਹੁੰਦੀਆਂ, ਕਿਸੇ ਦੀ ਚੁਗਲੀ ਵੀ ਕਰਨੀ ਹੁੰਦੀ ਹੈ ਨਾ, ਕਿਸੇ ਤੋਂ ਚੋਰੀ ਥੋੜ੍ਹੀ ਜਿਹੀ ਗੱਲ ਕਰਨੀ ਹੁੰਦੀ, ਫਿਰ ਤੁਸੀਂ ਆਪਣੀ ਭਾਸ਼ਾ ਵਰਤਦੇ ਹੋਵੋਗੇ ਕਿ ਹਾਂ ਉਹਦੇ ਬਾਰੇ ਇੱਦਾਂ ਇੱਦਾਂ ਇੱਦਾਂ। ਅਬ ਉਹ ਬਾਤੇ ਕੁਝ ਪਰਸਨਲ ਹੋਤੀ ਹੈ, ਤਾਂ ਉਹ ਹਮ ਲੋਕ ਕੀ ਆਪਣੀ ਲੈਂਗੁਏਜ ਮੇਂ ਕਰ ਲੈਤੇ, ਤਾਂ ਕਿ ਦੂਸਰੇ ਕੋ ਬੁਰਾ ਵੀ ਨਾ ਲਗੇ, ਹਮ ਲੋਕ ਕੀ ਬਾਤੇ ਵੀ ਹੋ ਜਾਏ, ਕਿਸੇ ਔਰ ਕੋ ਸਮਝ ਵੀ ਨਾ ਹੈ। ਬਹੁਤ ਸਹੀ ਕਹਾ ਆਪਨੇ, ਹਾਂ, ਤਾਂ ਉਸ ਤਰ੍ਹਾਂ ਸੇ ਹਮ ਲੋਕ ਦਾ ਕੰਮ ਚੱਲ ਜਾਤਾ ਹੈ। ਅੱਛਾ, ਪੰਜਾਬੀ ਦੇ ਵਿੱਚ ਵੀ ਕੁਝ ਸਿੱਖਿਆ ਆ ਇੱਥੇ ਆਣ ਕੇ? ਕੋਈ ਗੀਤ ਪੰਜਾਬੀ ਭੰਗੜਾ ਸਿੱਖਿਆ? ਪਾ ਕੇ ਦਿਖਾਓਗੇ? ਪੰਜਾਬੀ ਦੇ ਕੁਝ ਸ਼ਬਦ ਵੀ ਸਿੱਖੇ ਆ, ਕਿਹੜੇ ਕਿਹੜੇ ਸ਼ਬਦ ਸਿੱਖਿਆ? ਮਤਲਬ ਤੁਹਾਡਾ ਨਾਂ ਕੀ ਹੈ? ਮਤਲਬ ਸਾਡਾ ਨਾਮ ਨਹੀਂ, ਮੇਰਾ ਨਾਮ ਸੋਨਾਲੀ, ਮਤਲਬ ਲੜਕੀਓ ਵਿੱਚ ਐਸੇ ਬੋਲਦੇ ਹੋ, ਲੜਕੋ ਮੈਂ, ਮਤਲਬ ਸਾਡਾ ਨਾਂ ਯੋਗੇਸ਼ ਹੈ, ਅੰਕਿਤ ਹੈ, ਅਮਿਤ ਹੈ, ਐਸਾ। ਔਰ ਕੀ ਹਾਲ ਹੈ ਤੁਹਾਡਾ? ਚੰਗੇ ਹਾਂ ਅਸੀਂ ਤਾਂ, ਚੰਗੇ ਅਸੀਂ ਤਾਂ ਚੰਗੇ ਹਾਂ। ਇਹ ਬਹੁਤ ਗੁਪਤ, ਕਦੇ ਹੱਸ ਵੀ ਲਿਆ ਕਰੋ, ਕਦੇ ਹੱਸ ਵੀ ਲਿਆ ਕਰੋ। ਇਹ ਜੋ ਮਾਹੌਲ ਇਸ ਵੇਲੇ ਬਣਦਾ ਨਜ਼ਰ ਆ ਰਿਹਾ, ਉਹ ਸਾਫ਼ ਸਪਸ਼ਟ ਤੌਰ 'ਤੇ ਦੱਸਦਾ ਪਿਆ ਕਿ ਇਹ ਵਿਦਿਆਰਥੀ ਆਪਣੇ ਅੰਦਰ ਬਹੁਤ ਸਾਰਾ ਜੋਸ਼ ਲੈ ਕੇ ਆਏ ਨੇ। ਉਸ ਜੋਸ਼ ਦੇ ਨਾਲ ਨਾ ਸਿਰਫ ਸੇਵਾ ਭਾਵਨਾ ਦੇ ਵਿੱਚ ਇੱਥੇ ਕੰਮ ਕਰਦੇ ਪਏ, ਨਾਲ ਦੀ ਨਾਲ ਇੱਕ ਦੂਜੇ ਕੋਲੋਂ ਬਹੁਤ ਕੁਝ ਗ੍ਰਹਿਣ ਵੀ ਕਰਦੇ ਪਏ। ਮੈਂ ਗੱਲ ਕਰਦਿਆਂ ਕਿਹਾ ਸੀਗਾ ਕਿ ਇਹਨਾਂ ਦੀ ਹਿੰਦੀ ਦਾ ਪ੍ਰਭਾਵ ਮੇਰੇ 'ਤੇ ਪੈ ਰਿਹਾ, ਅਤੇ ਪੰਜਾਬੀ ਦਾ ਪ੍ਰਭਾਵ ਇਹਨਾਂ 'ਤੇ ਜ਼ਰੂਰ ਪੈ ਰਿਹਾ ਹੋਏਗਾ। ਇਹ ਜਿਹੜੇ ਸ਼ਬਦ ਇਹਨਾਂ ਨੇ ਬੋਲ ਬੋਲ ਕੇ ਦੱਸੇ ਆ, ਉਹ ਦੱਸਦੇ ਆ ਕਿ ਪੰਜਾਬ ਦੇ ਵਿੱਚੋਂ ਵੱਡੇ ਪੱਧਰ 'ਤੇ ਪੰਜਾਬੀ ਇਹ ਸਿੱਖ ਕੇ ਜਾਣਗੇ ਹੀ ਜਾਣਗੇ। ਉਮੀਦ ਰੱਖਦੇ ਹਾਂ ਕਿ ਇਸੇ ਤਰੀਕੇ ਨਾਲ ਜਿਹੜੇ ਪੰਜਾਬ ਦੇ ਵਸਨੀਕ ਪੰਜਾਬੀ ਤੋਂ ਥੋੜ੍ਹਾ ਥੋੜ੍ਹਾ ਪਰਾ ਹੁੰਦੇ ਜਾ ਰਹੇ ਆ, ਕੋਸ਼ਿਸ਼ ਕਰਦੇ ਕਿਨਾਰੇ 'ਤੇ ਹੋਣ ਦੀ, ਉਹ ਇਹਨਾਂ ਵਿਦਿਆਰਥੀਆਂ ਤੋਂ ਜ਼ਰੂਰ ਸਿੱਖਣਗੇ ਕਿ ਭਾਈ ਭਾਸ਼ਾ ਜਿਹੜੀ ਆ, ਖਾਸ ਤੌਰ 'ਤੇ ਮਾਤ ਭਾਸ਼ਾ ਦੇ ਨਾਲ ਪਿਆਰ ਜ਼ਰੂਰ ਰੱਖਣਾ ਚਾਹੀਦਾ। ਹੋਰ ਭਾਸ਼ਾਵਾਂ ਸਿੱਖਣੀਆਂ ਜਿਹੜੀਆਂ ਕੋਈ ਬੁਰੀ ਗੱਲ ਨਹੀਂ ਆ, ਪਰ ਆਪਣੀ ਮਾਤ ਭਾਸ਼ਾ ਨੂੰ ਭੁੱਲਣਾ ਸਭ ਤੋਂ ਬੁਰੀ ਗੱਲ ਜਿਹੜੀ ਆ ਉਹ ਹੋ ਸਕਦੀ ਆ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਗੱਲਬਾਤ ਕੀਤੀ ਹੈ। ਔਰ ਇੱਕ ਵਿਦਿਆਰਥੀ ਜਿਹੜੇ ਇੱਥੇ ਗਿਟਾਰ ਲਈ ਫਿਰਦੇ ਸੀਗੇ, ਆਸਨ, ਬਿਲਕੁਲ ਬਿਲਕੁਲ, ਕਿ ਹਾਂ, ਆਪ ਆਪਣੇ ਘਰ ਕੋ ਸਵੱਛ ਰੱਖੀਏ ਔਰ ਆਪਣੇ ਆਸ ਪਾਸ ਕੋ ਵੀ ਸਵੱਛ ਰੱਖੀਏ, ਤਭੀ ਹਮਾਰਾ ਦੇਸ਼ ਸਵੱਛ ਹੋਗਾ।
हम सब ने ये ठाना है सुल्तानपुर को स्वच्छ बनाना है, हम सुल्तानपुर को भी नंबर वन बनाना है। हम मैं यही संदेश देना चाहूँगा कि जिस प्रकार से हम राष्ट्रीय एकता का, राष्ट्रीय अंतर्राष्ट्रीय एकता का जय जगत के नारे के साथ यहाँ आए हैं, तो यहाँ भी कुछ ऐसी ही यहाँ से संदेश लेकर जाना चाहते हैं, क्योंकि कर्म भूमि है गुरु नानक देव जी की। हमें ये नहीं भूलना चाहिए कि कर्म भूमि है, और मैं यहाँ के युवाओं को आह्वान करना चाहूँगा कि वो इस बात का ध्यान रखें, और जिस प्रकार से बलिदान दिया है भगत सिंह ने, जिस प्रकार से बलिदान दिया है यहाँ के वीर शहीदों ने, यहाँ की माओं ने अपने बेटों के खून से इस देश की आज़ादी को सींचा है, इस देश की आज़ादी को सींचा। और मैं यहाँ की संस्कृति के बारे में चार लाइनों के साथ अपनी वाणी को विराम देना चाहूँगा कि पंजाब की संस्कृति क्या है। मैं लंगरों में देखता हूँ तो वो संस्कृति ये है कि अगर भूख लगने पर खाना खाया जाए तो उसे प्रकृति कहते हैं, भूख ना लगने पर खाना खाया जाए तो उसे विकृति कहते हैं, और अगर जोरों की भूख लगने के बावजूद अपने सामने रखी थाली को किसी भूखे को परोसकर उसकी भूख मिटाई जाए, उसे ही हम हमारी पंजाब की संस्कृति कहते हैं। ऐसी पंजाब की संस्कृति जहाँ पर हम देख सकते हैं कि कोई भूखा, मतलब लंगरों में इतने सारी तादाद में, इतने सारे गुरुद्वारे, इतने सारे, मतलब मैं समझता था कि पंजाब बलिदानों की नगरी प्रदेश है, बलिदानों का प्रदेश है, लेकिन यहाँ की सेवा सद्भाव, यहाँ की जो संस्कृति मैं देख रहा हूँ, और मैं जानता नहीं उड़ता पंजाब फिल्में बनाई जाती है, पर मुझे तो यहाँ कुछ देख के लगता ही नहीं कि यहाँ मतलब कुछ ऐसा भी है, लेकिन कुछ जो माहौल मतलब बदलने का फिल्मों के माध्यम से बताया जाता है वो यहाँ बिल्कुल नहीं है। जो फिल्मों में बताया जाता है वो एक हौवा बनाया गया है, ऐसा बिल्कुल। मैं तो पिछले चार दिन से रह रहा हूँ यहाँ, तो मैं केवल शांति सद्भाव और जो भाईचारा और जो खातिर नवाजी वो देख रहा हूँ, सबसे बड़ी बात वो है, मन प्रसन्न हो जाता है। और मैं बचपन से देखता आ रहा था कि मेरे वहाँ के गुरुद्वारे, चाहे किसी भी धर्म, चाहे किसी भी समाज का जुलूस निकले, तो वो अपना स्टॉल सबसे पहले लगा देता था। तो मैं बचपन से सोचता था कि यार इनका तो कोई त्यौहार ही नहीं है, ये तो हमारा है, या फिर इनका है, या इस समाज का है, या इस धर्म का है, फिर ये क्यों स्टॉल लगाते हैं। लेकिन आज इस सिख धर्म दी है कि मजहब नहीं सिखाता आपस में बैर रखना, तो सो धर्मां दी सांझीवालता, धर्म कोई भी है सांझीवालता दा सुनेहा दिंदा। गल भगत सिंह दी इस नौजवान ने की है, तो थोड़ा जा इन्हां दी टी शर्ट दे उत्ते नज़र मारो जी, टी शर्ट के उत्ते भी भगत सिंह की तस्वीर जी लाई है, ये जो लिखा हुआ ये पढ़िया तुसीं, पता की लिखा हुआ? लगता है फिर आना पड़ेगा। क्यों आना पड़ेगा? ये भगत सिंह क्यों कह रहा कि लगता फिर आना पड़ेगा? एक 23 साल का नौजवान हंसते हंसते फांसी के फंदे पर झूल गया था, लेकिन वो 23 साल का भगत सिंह आज आसमान से कहीं बैठा होगा और देखता होगा कि आज का 23 साल का नौजवान भारत माता की जय नहीं करता है, वो किसकी जय करता है मुझे बताने की आवश्यकता नहीं। और जिस भगत सिंह ने ये सोच के कुर्बानी दी थी कि हमारा देश का युवा, हमारा देश का, कि मैं निमाड़ी में निमाड़ से आया हूँ, तो मैं दो लाइनें कि बड़ी मुश्किल सिया आज़ादी मिली, भारत का नौजवान झाजो मत भूली, अरे सरदार भगत सिंह न झांसी की रानी, सब न तुमरा सिंह न झांसी की रानी, सब न तुमरा वाट दी कुर्बानी। तो ये भगत सिंह वाट दी कुर्बानी, तो ये भूमि भगत सिंह के शहादत की है, ये भूमि लाला लाजपत राय के शहादत की है। तो मैं इस भूमि से आह्वान करना चाहता हूँ, जो अंतर्राष्ट्रीय एकता एवं सद्भावना
शिविर इस भूमि पर लगाया गया है, जो गुरु नानक देव जी ने संदेश दिया था एकता का, वो इस देश के इस भूमि के माध्यम से संपूर्ण देश में जाना चाहिए। और जो आज नकारात्मकता माहौल सोशल मीडिया के माध्यम से फैलाया जा रहा है, जो अखंडता को चोट पहुँचाई जा रही है, सोशल मीडिया पर भड़काऊ मैसेज चलाए जाते हैं, वो युवा क्या कर रहा है? एक भगत सिंह था 23 साल का, जो हंसते हंसते फांसी के फंदे पर झूल गया था, लेकिन आज का 23 साल का युवा सोशल मीडिया पर मैसेज डालता है इस धर्म के खिलाफ, उस धर्म के खिलाफ, इस समाज के खिलाफ, इस ये ऐसा है, वो वैसा है। तो वो क्या संदेश देना चाहते हैं? ऊपर बैठे भगत सिंह तेनू देख रहा है, वो सोच रहा है कि क्या इनके खातिर मैं फांसी के फंदे पर झूला था? क्या इनके लिए मैंने कुर्बानी दी थी? नहीं, आपको भी सोचना पड़ेगा कि सड्डे नाल देश खातिर कुछ करना है। हमें देश को ऊँचा ले जाना, और चार लाइनों के साथ अपनी वाणी को विराम देना चाहूँगा कि देश नहीं बनता मिट्टी गिट्टी ईंट मकानों से, भारत माँ का मस्तक ऊँचा होता बेटों के बलिदानों से। और जिसके मन में देश सेवा का पावन सपना होता है, भगत सिंह सा उसको सारा जीवन तपना होता है, बहुत खूबसूरत है। नाम जरूर अपना दास देखो। मेरा नाम यह है, मेरा नाम नवीन कुशवाहा, मैं मध्य प्रदेश से आया हूँ। बिल्कुल, ये नौजवान मैं लगता कि पोलीटिकली भी बहुत स्ट्रोंग सोच जरा रखता है, और जे हर नौजवान इस तरीके अपनी सोच थोड़ी जी बुलंद रखेगा, थोड़ा जहा अपने दिमाग में खुला रखेगा, उन्होंने शहीदा दियाँ उन्हों महान शख्सियत दलों अपने जीवन के ओत प्रोत करेगा, तो उम्मीद की जा सकती है कि बेहतर पंजाब बेहतर भारत की कामना असी रख सकते हैं, भविख सा उज्ज्वल हो सकता, वरना जोड़ा परिस्थितियाँ कोई बहुत ही चंगियां नहीं। नौजवानी को सीध देने की जरूरत है, और इन्हों गलां बातें नौजवानों दी दसदियां पईयां ने कि इस शिविर जिहड़ा लगा आ अंतरराष्ट्रीय पद्धर के जिहड़े विद्यार्थी इस शिविर दे विच आए आ उन्हां नूं सही सीध मिलदी पई आ, और खास तौर पर सुल्तानपुर लोधी दे विच आण के बाबे नानक की फिलोसफी की रंगत जिहड़ी इन्हां दे उत्ते चढ़दी नज़र आ रही है, ये इन्हां दा भविख बेहतर जरूर करेगी। सो विद्यार्थियों के झुंड सानू इधर उधर नज़र आ रहे हैं, जो विद्यार्थियों के झुंड कहने तो अक्सर थोड़ा जा कॉलेज का माहौल सानू भी याद आ जाता, तो मैं लगता तो भी याद आता होगा, पर इस समय जो शिविर लगाया ये समूह जो विद्यार्थियों के बन रहे हैं वक्री वक्री थावां दे उत्ते जो काम कर रहे हैं ये विद्यार्थी, या फिर जिहड़ी सोच इन्हां विद्यार्थियों के अंदर भरी जा रही है जो सिख रहे हैं सुल्तानपुर लोधी दे विच आण के, वह बहुत मायने खेज है, तो मैनूं लगता कि वह सारा कुछ तुहाडे तक पहुँचाना जिहड़ा है देश विदेश दे विच बैठे साडे व्यूवर्स ने उन्हां तक पहुँचाना बेहद लाजमी है कि श्री गुरु नानक देव जी के 550वें प्रकाश पुरब नूं लैके किवें एक साल पहले ही तैयारियां जिहड़ियां वह आरंभ दित्तियां गईयां ने, और उन्हां तैयारियां दे विच कल्ला पंजाब पंजाबी या सिख समुदाय दे लोक नहीं है, बल्कि विश्व पद्धर ते श्री गुरु नानक देव जी दी फिलोसफी नूं मनण वाले जानण वाले नौजवान जिहड़े आ वो किस तरीके नाल अपना अपना योगदान पा रहे हैं। सो बहुत सारे विद्यार्थी साथी जिहड़े आ वह मेरे नाल बैठे, इन्हां दे विच बैठ के मैं भी अपने आप नूं जवान जवान जिहा महसूस कर रहा हाँ। सो मेरे एक मित्र ਕਿਹੜੀ ਜਗ੍ਹਾ ਤੋਂ ਆਏ ਹੋ ਪਹਿਲਾਂ ਤੇ ਇਹ ਦੱਸ ਦਿਓ ਤੇ ਨਾਮ ਵੀ ਦੱਸ ਦਿਓ ਆਪਣਾ। ਮੈਂ ਜਗਨਨਾਥ ਧਾਮ ਪੁਰੀ ਸਾਹਿਬ ਹਾਂ ਜਹਾਂ ਪੇ ਨਾਨਕ ਜੀ ਗਏ ਥੇ ਮੈਂ ਸੁਹਾਗ ਕੇ ਬੰਦਨ ਕਰੋ ਜਹਾਂ ਪੇ ਨਾਨਕ ਜੀ ਚੁਦਰ ਸਾਰੇ ਯਹਾਂ ਪੇ ਰੁਕੇ ਥੇ ਮੈਂ ਨਿਜੋ ਕੋ ਸਵਾਭਾਵਿਕ ਮਤਨ ਕਰ ਤੋਂ ਯਹਾਂ ਪੇ ਆਏ ਹੂੰ।
धन्यवाद सब गुरु जी को, बस यहाँ पे आए हैं। अच्छा वैसे की करते हो, स्टडी करते हो, केड़ी क्लास से स्टडी करते हो, या फिर कुछ हो रहा सिर्फ इस संस्था नाल जुड़े हो, इस शिविर नाल जुड़ के ही इत्थे पहुंचे हो? मैं एक जर्नलिस्ट हूँ, लोकल का संपादक हूँ, उस दौरान भी मैं NYP के जड़ित हूँ और मैं सोशल वर्किंग ही हूँ और मैं पढ़ाई खत्म हो गया, प्लानिंग चल रहा हूँ आगे क्या करेंगे, बस दुआई की कृपा है और सेवा करेंगे और विश्वास सबके रखेंगे, बस यही हमारी कृपा है। जर्नलिस्ट ने तो हूँ मैनूं लगता जो जर्नलिस्ट ने तो फिर थोड़ा जिहा सियासी सवाल जवाब भी जिहड़े इन्हां तों कर लेने चाहिए आ। जो माहौल बनिया पिया इस वेले मुल्क दे विच एज ए जर्नलिस्ट जो तुसीं देखदे हो की नज़र आ रहा कि सिर्फ नारियां दी सियासत चल रही है जां जमीनी पद्धर ते भी कुछ हुंदा नज़र आ रहा? पूरे मुल्क की गल करदे आ, आपां नैशनल पॉलिटिक्स की गल करदे आ। नहीं तो वैसे नहीं, मैं आपको बता रहा हूँ कि हमें जो कार्यक्रम बहुत ठीक है और सब भाईचारे की परंपरा है, हमें सिख हिंद मुस्लिम सब इकट्ठी है और बस बहुत अच्छा है, हमको बहुत अच्छा लगा, पहली बार इतना बड़ा कैंप आए हैं, हमको बहुत अच्छा लगा, बहुत महसूस लगा, बहुत अच्छा है काम। ये जर्नलिस्ट भी ने ते पॉलिटिशियन भी ने, जिस तरीके ना गोलमोल जवाब जिहड़ा इन्होंने इस मामले दे विच दित्ता है। सो कुछ होर साथी ने अपना नाम दस दिओ जी, किहड़ी जगह तो आए हो तुसी? योगेश पटेल मध्य प्रदेश से आया हूँ मैं। मैं भारतीय संस्कृति के ऊपर बोलना चाहूँगा, आज के जो युवा है वो पाश्चात्य संस्कृति को अपना रहे, मतलब आज जो भी है युवा उनको यदि अंग्रेजी आ जाए तो अपने आप को गौरवान्वित महसूस करते हैं, लेकिन हिंदी या जो भी मातृभाषा हो, पंजाबी हो, उड़िया हो, आसमी हो, मराठी हो, जो भी हो, तो उनको बोलने में उनको शर्म महसूस होती है। तो मैं ऐसे युवाओं को एक संदेश देना चाहूँगा कि आप अपनी माँ का सम्मान करें, और एक दृष्टांत के माध्यम से कहूँगा, क्योंकि जो हमारे प्रेरणा पुरुष है स्वामी विवेकानंद, उनके जीवन से जुड़ा एक दृष्टांत है। जब स्वामी विवेकानंद एक बार शिकागो गए तो उनके स्वागत के लिए बहुत सारे लोग जो विदेशी थे खड़े थे वहाँ पर, क्योंकि उस समय स्वामी विवेकानंद चर्चित थे, सुर्खियों में थे। तो जैसे वो विदेश पहुंचे तो एक विदेशी आगे आया और स्वामी जी को कहा, हेलो वेलकम इन माय कंट्री एंड हाउ आर यू। तो स्वामी जी ने इसका प्रति उत्तर, इसका रिप्लाई अपने दोनों हाथ जोड़कर बोला, नमस्ते मैं ठीक हूं। तो उनको बड़ा आश्चर्य हुआ विदेशी को कि इनको शायद अंग्रेजी नहीं आती, तो उनमें से एक हिंदी जानता था। जैसे अपने भारत में कई भारतीय अंग्रेजी जानते हैं, वैसे विदेश में भी कुछ हिंदी जानते हैं। तो एक जो हिंदी जानता था वह आगे आया और बोला स्वामी जी से, स्वामी जी नमस्ते, आपका हमारे देश में स्वागत है और आप कैसे हो। तब स्वामी जी ने इसका रिप्लाई बोला, हेलो आई एम फाइन थैंक यू। तो उनको बड़ा आश्चर्य हुआ कि ऐसा क्यों। तो उन्होंने पूछा स्वामी जी से कि जब हमने आपसे अंग्रेजी में बात की तब आपने उसका जवाब हिंदी में दिया, और जब हमने आपसे हिंदी में बात की तब आपने उसका जवाब अंग्रेजी में दिया, इसके पीछे क्या लॉजिक है, क्या तर्क है। तब स्वामी जी ने कहा कि जब आप अंग्रेजी बोल रहे थे तो आपकी माँ का सम्मान कर रहे थे, तब मैंने हिंदी बोलकर मेरी माँ का सम्मान किया, और जब आपने हिंदी बोलकर जब मेरी माँ का सम्मान किया तब मैंने अंग्रेजी बोलकर आपकी माँ का सम्मान किया। कितनी बड़ी बात है, लेकिन आज का युवा उसको यदि थोड़ी सी भी इंग्लिश आ जाती है, अंग्रेजी आती, तो पता नहीं अपने आप को क्या समझता है, एटीट्यूड दिखाते हैं, इतराते हैं। तो मैं मानना कहना चाहूँगा ऐसे युवाओं को, सीखो कोई दिक्कत नहीं, भाषा जितनी आएगी उतना आप आगे जाओगे, लेकिन सबसे पहले माँ का सम्मान करते आना चाहिए। सबसे बड़ी हमारी माँ है, इस माँ के लिए हिंदी है, हम हिंदुस्तान वतन है हमारा, तो हिंदी सीखना चाहिए, इसमें कोई बुराई की बात नहीं है। तो और उसके बाद में आज पहनावे को लेकर भी, आज जितने भी देख लो, पहले धोती कुर्ता पहनते थे, हमारी भारतीय संस्कृति धोती कुर्ता पहनना महिलाओं के लिए साड़ी थी, लेकिन आज देख लो युवाओं को कितने प्रकार के
कपड़े वस्त्र आ चुके हैं, लेकिन उसी प्रकार जब स्वामी जी भी गए थे तो उनके वस्त्रों को देखकर, पहनावों को देखकर लोग हंस रहे थे। तो एक ने पूछा कि स्वामी जी आपके बाकी वस्त्र कहाँ गए, तो स्वामी जी ने बोले बाकी वस्त्र से क्या सही, बोले आपने तो केवल धोती और कुर्ता पहन रखा है, बाकी तो से जैसे कोट टाई वगैरह बेल्ट तो कुछ दिख नहीं रहा। तो स्वामी जी ने कहा बस हमारी तो यही संस्कृति है। बोले ये कैसी संस्कृति, सिर पर केवल एक पगड़ी बांधी और तन पर एक चादर लपेटा है, ये कैसी संस्कृति, आप तो इतने बड़े देश का प्रतिनिधित्व करने आए हो और ये कैसी संस्कृति आपकी। तब स्वामी जी ने कहा कि आपके यहाँ, मतलब विदेश को बोल रहे, आपके यहाँ संस्कृति का निर्माण आपके यहाँ के दर्जी करते, दर्जी मतलब टेलर जो कपड़े सिलता है, लेकिन हमारे भारत में हमारी संस्कृति का निर्माण हमारा चरित्र करता है। कितनी बड़ी बात बोली, क्योंकि संस्कृति का विकास वस्त्रों से नहीं बल्कि चरित्र से होता है। तो हमने चरित्र को ऊंचा उठाए, बाकी कपड़े पहनने से कुछ नहीं होगा, अच्छे कपड़े पहन ले बूट सूट में रह लिए, इससे हम बड़े नहीं बनते, चरित्रवान नहीं बनते, बल्कि चरित्र को ऊंचा उठाना पड़ता है। बहुत बहुत धन्यवाद, बहुत बहुत खूबसूरत गल इस नौजवान ने की है, भाषा को लेकर भी चंगा बोलिया, जो गल किरदार की आई है तो किरदार के बारे भी बेहतरीन गल् जो की, कि जिहड़े कपड़े असी पाउने जिहड़े वस्त्र असी पहनते हैं उन्हां दे नाल साडे किरदार की पहचान नहीं होंदी। बल्कि मैं भी अक्सर जो गल करदा हुंदा तो यही कहना हुंदा कि जिनी देर तक साडी जुबान नहीं ना चलती, जिनी देर तक साडा मूँह नहीं खुलता, उन्नी देर तक साडा किरदार बाहर नहीं आता, फिर बाहरी खूबसूरती देख के लोग सानू जज करते, जो एक बार बोलना शुरू करते हैं असी तो पता लग जाता कि किस किरदार का मालिक ये व्यक्ति है, फिर असी उस तरीके जज करना जरा शुरू कर दें। सो बहुत सारिया चीज़ा मैं लगता कि जिमें पहरावे की गल की सी, तो पिछले जो पंजाब सरकार ने एक ऑर्डर भी कढ़िया कि जो अध्यापक है वह कुर्ता पजामा पा के जरा स्कूलों के नहीं आ सकते। सो वैसे कुर्ता पजामा साड़ी जिहड़ी विरासत है, साडे सभ्याचार की निशानी है। सो सरकारां भी कदी कदी इंज दे जिहड़े हुक्म चाड़ दिंदियां, जिहड़े संस्कृति तो थोड़ा बहुता किनारे करदियां ने, वो गल वक्खरी है कि वो थोड़ा अलहदा निकल जाए, कि उहदे बारे किसी दिन फिर चर्चा भी की जा सकती, पर अज आपां इहनां विद्यार्थियों के नाल चर्चा करनी है। कुछ होर विद्यार्थी ने मेरे नाल, मेरा नाम अमित राउत है, सभी को बोला जय श्री राम। जय श्री राम जी। मैं मध्य प्रदेश से आया हूँ, जैसे हमें यहाँ पे जो गुरु नानक देव जी का जो 550वां जो वर्षगांठ चल रही है उनके जन्म की, वहाँ में हमें इस जो धरती पे जहाँ पे गुरु नानक जन्म है, जहाँ इन्होंने जो यहाँ पर उनके अभी भी पश्चिम में जो मिलते हैं वहाँ में जो भी सफाई काम करके बहुत अच्छा लग रहा है, और यहाँ के जो पर्सन जो पंजाब के उनसे हमें जो प्यार मिल रहा है उससे हमें बहुत खुशी हो रही है, और लंगर खाने को मिल रहा है, और मेनली हमको सबसे अच्छी चीज़ ये लग रही है कि यहाँ पर जो भी व्यक्ति मिल रहा है खुशी से मिल रहा है, हर किसी के फेस पे स्माइल है, कोई काम के लिए काम चोरी नहीं दिखा रहा है, सबसे अच्छी चीज़ हमको दिखी है यहाँ पर। और क्लीनिंग, स्वच्छ भारत की पहल, अगर कहीं किसी को नंबर वन देना चाहिए तो वो यहाँ देना चाहिए सच में भी, क्योंकि यहाँ पर इतनी क्लीनिंग दिखी है हम लोगों को, हर चीज़ यहाँ पर एकदम बखूबी वर्क किया जा रहा है। पर जो स्वच्छ भारत अभियान के इनाम कढ़े जाते उदों तो पंजाब का ना ही नहीं आता, जिक्र ही नहीं आता, कि सुल्तानपुर लोधी का जिक्र नहीं आता, यह मतलब गलत जजमेंट होंगी है। हाँ शायद गलत जजमेंट कह सकते, क्योंकि क्या होता है ना, हम जहाँ देखते हैं वहाँ पर थोड़ी चीज़ें साफ होने से सब कुछ साफ नहीं हो जाता है, कहते हैं ना चरित्र का व्यक्तित्व, अगर इंसान की पर्सनालिटी अच्छी है ना और अगर उसका बॉडी लैंग्वेज अच्छा नहीं है ना तो हम उसे माइनस मार्किंग दे देते हैं। और रही बात पिछली चीज़ों को वापस से निकाल निकाल कर खोद खोद कर दे जानने की, तो इससे अच्छा तो यही है कि मैं कहना चाहूँगी फिर से आपको, जो बीत गया सो बीत गया तकदीर का शिकवा कौन करे, जो बीत गया सो बीत गया तकदीर का शिकवा कौन करे, जो तीर का मान से निकल गया उस तीर का पीछा कौन करे। बहुत खूबसूरत। हम एमपी के हैं, मेरा नाम खुशबू पवार है,
मुझे यहाँ पे बोलने के लिए तो बहुत सारे वर्ड है, लेकिन मैं इतना ही कहना चाहूँगी कि यहाँ सबसे अच्छी चीज़ है तो वो है यहाँ का सेवा भाव और यहाँ का अतिथि संस्कार। जी मैं भी एमपी से हूँ, मेरा नाम हेमलता जगताप है। यहाँ पर आकर मुझे बहुत खुशी हो रही है और यहाँ पर सब अपने भाईचारे से मतलब मिलकर रह रहे हैं और सब अपना काम भी बखूबी निभा रहे हैं, बस इतना ही कहना चाहती हूँ। जी, जी। मेरा नाम बादल गांवकर है, मैं गोवा से आया हूँ, पहली बार पंजाब आया, यहाँ से बहुत कुछ सीख के जा रहा हूँ। यहाँ मैंने देखा कि कौन कहता है कि हमारा देश गरीब है, आप पंजाब आके देख लो, यहाँ कोई भी बच्चा कोई भी बंदा भूखा नहीं सोएगा। मैं लंगर में जाके देखा, 3 वक्त का खाना फ्री में दे रहा है, यही बड़ी बहुत बड़ी बात है जो पंजाब के लोग कर रहे हैं। यहाँ ऐसा हमारे किसी स्टेट में नहीं हो रहा है। हम लोग सर पहली बार देख रहे हैं सर, तो लोग इतने लोगों को खाना खिलाया जा रहा है सर, पहले हम लोग देख के आश्चर्य हो गए, इतना लोगों को खाना खिलाना, इतना सब मेहनत करते हैं काम करते हैं, हम लोग एकदम देख के आश्चर्य हो गए, ऐसा हम लोग किधर देखा नहीं, ये पहली बार हम लोग दोनों गोवा तो आए हो। हाँ सर गोवा है। अच्छा गोवा साढ़े लोग इधरों पंजाब के बहुत सारे छुट्टियाँ मनाने जाते हैं, गोवा बहुत खूबसूरत जगह है, ਤੁਹਾਨੂੰ ਦੇਖ ਕੇ ਦੋਨੋਂ ਜਗ੍ਹਾ ਕੀ ਲੱਗੇ, ਗੋਆ ਜ਼ਿਆਦਾ ਖੂਬਸੂਰਤ ਹੈ ਜਾਂ ਪੰਜਾਬ ਜ਼ਿਆਦਾ ਖੂਬਸੂਰਤ ਹੈ? ਸਰ ਦੋਨੋਂ ਬਹੁਤ ਅੱਛੇ ਰਿਪ੍ਰੈਜ਼ੈਂਟ ਨਹੀਂ ਕਰ ਸਕਦੇ, ਲੇਕਿਨ ਯਹਾਂ ਜੋ ਦੇਖਣੇ ਕਾ ਮਿਲ ਰਿਹਾ ਹੈ, ਜੋ ਜ਼ਿਆਦਾ ਸੇ ਖੇਤੀ ਜੋ ਮਿਲ ਦੇਖਣੇ ਕੋ ਮਿਲ ਰਿਹਾ ਹੈ, ਵੋ ਕਲਾਈਮੇਟ ਜੋ ਹਮ ਇੰਜੋਏ ਕਰ ਰਹੇ ਹੈਂ, ਔਰ ਜੋ ਕਹਤੇ ਹੈ ਨਾ ਕਿਸਾਨ ਕਾ ਦੇਸ਼ ਹੈ ਯੇ ਭਾਰਤ, ਜੋ ਕਿਸਾਨ ਕਾ ਦੇਸ਼ ਹੈ, ਇਸ ਮਿੱਟੀ ਸੇ ਪਤਾ ਲੱਗ ਰਿਹਾ ਹੈ, ਇਸ ਧਰਤੀ ਪੇ ਪੈਰ ਰੱਖਣੇ ਸੇ ਹੀ ਪਤਾ ਲੱਗਤਾ ਹੈ ਕਿ ਯੇ ਦੇਸ਼ ਯੇ ਜੋ ਸਟੇਟ ਹੈ ਯੇ ਇਸ ਕਿਸਾਨੋ ਕੀ। ਹਰ ਜਗ੍ਹਾ ਕੀ ਆਪਣੀ ਆਪਣੀ ਖਾਸੀਅਤ ਹੋਤੀ ਹੈ, ਯਹਾਂ ਕਾ ਖਾਸੀਅਤ यहाँ का अलग ही है, वो गोवा का अलग है, तो हम कंपेयर नहीं कर सकते। वहाँ का वो पिकनिक स्पॉट है और ये भी पंजाब एक कल्चर अच्छा है अपना, मतलब अलग अलग सबका अपना तरीका होता है, व्यवहार होता है। बात जो इंसानियत, जो इंसानियत बहुत अच्छी है सर यहाँ पे, अच्छी है कम्पेयर टू सर वहाँ, यहाँ बहुत अच्छी है सर, क्योंकि हम लोग अभी रास्ते में जा रहे थे, लिफ्ट मांगे, पाजी लिफ्ट दे दो, हम लोग गोवा के सब लड़के लड़कियाँ थे 13-14 लोग, हम लोग ऐसे ही मांगे देखिए देंगे तो देंगे, लिफ्ट मांगे, उन्होंने तुरंत बोला हाँ भाई ट्रैक्टर पर बैठ जाओ, उनका सामान भी था लेकिन उन्होंने बोला नहीं भाई चलो बैठ जाओ, हम लोग बैठ गए, हम लोग को वापस हम लोग को कैंप तक छोड़ दिए, ऐसा मतलब ये बड़ी बात, ये बहुत बड़ी बात है सर, यहाँ इंसानियत बहुत मिलती है पंजाब में। ਬੜੀ ਵੈਸੇ ਕਦੀ ਕਦੀ ਅਜੀਬੋ ਗਰੀਬ ਸਥਿਤੀ ਬਣ ਜਾਂਦੀ ਹੈ ਕਿ ਬਾਕੀਆਂ ਸੂਬਿਆਂ ਦੇ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਪੰਜਾਬ ਇੱਕ ਬਹੁਤ ਅਮੀਰ ਸੂਬਾ ਆ, ਪੰਜਾਬ ਦਾ ਕਿਸਾਨ ਬਹੁਤ ਅਮੀਰ ਨਜ਼ਰ ਆਉਂਦਾ ਆ, ਪੰਜਾਬ ਦੀ ਸੰਸਕ੍ਰਿਤੀ ਅਮੀਰ ਹੈ, ਅਮੀਰ ਰਹੇਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਜਦੋਂ ਅਸੀਂ ਪੰਜਾਬ ਦੇ ਲੋਕ ਇੱਥੋਂ ਦੀ ਜ਼ਮੀਨੀ ਹਕੀਕਤ ਦੇ ਬਾਰੇ ਗੱਲ ਕਰਦੇ ਹਾਂ ਤਾਂ ਪਰਿਸਥਿਤੀਆਂ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦੀਆਂ, ਪਰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਅਜੇ ਵੀ ਪੰਜਾਬ ਦੀ ਦਿੱਖ, ਪੰਜਾਬ ਦੀ ਪਛਾਣ ਅਤੇ ਪੰਜਾਬੀ ਲੋਕਾਂ ਦੇ ਬਾਰੇ, ਚਾਹੇ ਬਾਕੀ ਸੂਬਿਆਂ ਦੇ ਲੋਕ ਹੈ ਚਾਹੇ ਵਿਦੇਸ਼ਾਂ ਦੇ ਲੋਕ ਹੈ, ਚੰਗੀ ਸੋਚ ਰੱਖਦੇ ਆ, ਬਿਹਤਰੀਨ ਸੋਚ ਰੱਖਦੇ ਆ। ਇਹ ਵਿਦਿਆਰਥੀ ਸਵੇਰ ਨੂੰ ਉੱਠਦੇ ਨੇ, ਸਫਾਈ ਅਭਿਆਨ 'ਚ ਜੁੜਦੇ ਨੇ, ਉਸ ਤੋਂ ਬਾਅਦ ਬਕਾਇਦਾ ਇੱਥੇ ਸਟੇਡੀਅਮ ਦੇ ਵਿੱਚ ਇਹਨਾਂ ਦਾ ਇੱਕ ਸੈਮੀਨਾਰ ਲੱਗਦਾ, ਜਿਸ ਸੈਮੀਨਾਰ ਦੇ ਵਿੱਚ ਸਾਰੀਆਂ ਸਟੇਟਸ ਔਰ ਜਿਹੜੇ ਬਾਕੀ ਮੁਲਕਾਂ ਦੇ ਆਏ ਹੋਏ ਵਿਦਿਆਰਥੀ ਇੱਕ ਜਗ੍ਹਾ ਬੈਠਦੇ ਆ, ਵਿਚਾਰ ਵਟਾਂਦਰਾ ਹੁੰਦਾ, ਬਹੁਤ ਸਾਰੇ ਵਿਦਵਾਨਾਂ ਨੂੰ ਸੱਦਿਆ ਜਾਂਦਾ ਜਿਨ੍ਹਾਂ ਦੇ ਵੱਲੋਂ ਇਹਨਾਂ ਨੂੰ ਲੈਕਚਰ ਦਿੱਤੇ ਜਾਂਦੇ ਆ ਤਾਂ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਨਵਾਂ ਇਹਨਾਂ ਨੂੰ ਸਿੱਖਣ ਨੂੰ ਮਿਲੇ। ਇੱਥੇ ਕੁਝ ਵਿਦਿਆਰਥਣਾਂ ਨੇ ਜਿਹੜੀਆਂ ਸਿਰਾਂ ਦੇ ਉੱਤੇ ਪਗੜੀਆਂ ਬੰਨ੍ਹ ਕੇ ਬੈਠੀਆਂ, ਉਹਨਾਂ ਦੇ ਸ਼ਾਰਟਸ ਤੁਸੀਂ ਜ਼ਰੂਰ ਦੇਖੇ ਹੋਣਗੇ। ਪਹਿਲਾਂ ਆਪਣਾ ਨਾਮ ਦੱਸ ਦਿਓ ਔਰ ਕਿਹੜੀ ਸਟੇਟ ਤੋਂ ਆਏ ਹੋ?
ਮੇਰਾ ਨਾਮ ਜਿਮੀ ਦਾਸ ਹੈ, ਮੈਂ ਆਸਾਮ ਸੇ ਆਈ ਹੂੰ। ਇਹ ਪਗੜੀ ਤੁਸੀਂ ਬੰਨੀ ਹੋਈ ਹੈ, ਇਹ ਸਿਰਫ ਦੇਖ ਕੇ ਬੰਨੀ, ਕਿਸੇ ਕੋਲ ਬਣਵਾਈ ਹੈ, ਕਿਵੇਂ ਲੱਗਾ ਪਗੜੀ ਬੰਨ ਕੇ? ਮੁਝੇ ਤੋ ਯਹਾਂ ਕਾ ਭਾਈਓ ਨੇ ਬੰਨ ਕੇ ਦਿਆ ਹੈ ਔਰ ਬਹੁਤ ਅੱਛਾ ਲਗਾ। ਮੁਝੇ ਮਨ ਥਾ ਕਿ ਮੇਰਾ ਮੈਂ ਪਗੜੀ ਬਾਨੂੰ ਔਰ ਅੱਜ ਬਾਨ ਵੀ ਲਿਆ ਔਰ ਬਹੁਤ ਅੱਛਾ ਲਗਾ। ਯਹਾਂ ਕਾ ਲੋਕ ਵੀ ਬਹੁਤ ਅੱਛਾ ਹੈ, ਪੰਜਾਬ ਵੀ ਬਹੁਤ ਸੁੰਦਰ ਪਲੇਸ ਹੈ ਔਰ ਮੈਂ ਆਸਾਮ ਸੇ ਆ ਕੇ ਮਤਲਬ ਬਹੁਤ ਹੈਪੀ ਹੋਈ। ਕਿਉਂਕਿ ਇਹ ਅੰਤਰਰਾਸ਼ਟਰੀ ਪੱਧਰ ਦਾ ਕੈਂਪ ਹੈ, ਇੱਥੇ ਸਿਰਫ ਦੇਸ਼ ਦੇ ਬਾਕੀ ਸੂਬਿਆਂ ਦੇ ਨਹੀਂ ਬਲਕਿ ਗੁਆਂਢੀ ਮੁਲਕਾਂ ਦੇ ਵੀ ਬਹੁਤ ਸਾਰੇ ਵਿਦਿਆਰਥੀ ਸ਼ਾਮਲ ਹੋਏ ਨੇ, ਜਿਨ੍ਹਾਂ ਦੇ ਵਿੱਚ ਨੇਪਾਲ ਹੈ, ਬੰਗਲਾਦੇਸ਼ ਹੈ, ਇੰਡੋਨੇਸ਼ੀਆ ਆ। ਸੋ ਨੇਪਾਲ ਦੇ ਇੱਕ ਵਿਦਿਆਰਥੀ ਸਾਡੇ ਨਾਲ, ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਔਰ ਕਿਵੇਂ ਲੱਗਾ ਇੱਥੇ ਪੰਜਾਬ ਦੇ ਵਿੱਚ ਆਣ ਕੇ ਵੀ ਦੱਸ ਦਿਓ। ਨਮਸਤੇ ਆਲ ਓਵਰ ਪੰਜਾਬ, ਮੈਂ ਚਰਨ ਜੋਸ਼ੀ ਨੇਪਾਲ ਸੇ ਹੂੰ। ਇਹ ਮੇਰਾ ਇੰਟਰਨੈਸ਼ਨਲ ਗੁੱਡਵਿਲ ਐਂਡ ਫੈਟਰਨਿਟੀ ਕੈਂਪ ਕਾ ਪਹਿਲੀ ਬਾਰ ਹੈ। ਯਹਾਂ ਬਹੁਤ ਐਕਸਾਈਟਿਡ ਥੀ ਹਮ ਆਨੇ ਕੇ ਲੀਏ, ਕਿਉਂਕਿ ਹਮਨੇ ਬਾਹਰ ਸੁਣਾ ਥਾ ਕਿ ਪੰਜਾਬ ਐਸਾ ਰਾਸ਼ਟਰ ਹੈ ਜੋ ਵਰਡਸ ਮੇਂ ਕਹਿ ਨਹੀਂ ਸਕਤੇ, ਬਸ ਉਸ ਰਾਸ਼ਟਰ ਮੇਂ ਜਾ ਕੇ ਅਨੁਭਵ ਕਰ ਸਕਤੇ ਹੈ। ਸੋ ਹਮ ਆਏ ਔਰ ਅਨੁਭਵ ਕੀਆ। ਇਹ ਬੋਲਣਾ ਚਾਹਤਾ ਹੂੰ ਕਿ ਮੈਂ ਜੋ ਵੀ ਯਹਾਂ ਕਾ ਕੈਂਪ ਮੇਂ ਸਾਤ ਦਿਨ, ਆਜ ਕਿਤਨੇ ਪਾਂਚ ਦਿਨ ਹੋ ਚੁਕੇ ਹੈ, ਹਮਨੇ ਇਸ ਰਾਸ਼ਟਰ ਕੇ ਜੋ ਵੀ ਜਨ ਮਤਲਬ ਲੋਕ ਹੈ, ਵਹਾਂ ਸੇ ਇਤਨਾ ਪਿਆਰ ਔਰ ਮੁਹੱਬਤ ਪਾਏ ਕਿ ਹਮ ਐਕਸਪਲੇਨ ਨਹੀਂ ਕਰ ਸਕਤੇ ਸਰ। ਔਰ ਹਮ ਇਹ ਪੰਜਾਬ ਵਾਸੀਓਂ ਸੇ ਵਾਦਾ ਕਰਤੇ ਹੈ ਕਿ ਜੋ ਵੀ ਇਨ੍ਹੋਂਨੇ ਹਮਸੇ ਬਾਟੇ ਹੁਆ ਪਿਆਰ ਔਰ ਮੁਹੱਬਤ ਹੈ, ਹਮ ਉਹ ਸੰਭਾਲ ਕੇ ਰੱਖੇਂਗੇ ਔਰ ਜਾ ਕੇ ਨੇਪਾਲ ਮੇਂ ਵੋ ਜੋ ਇਨ੍ਹੋਂਨੇ ਦੀਏ ਹੋਏ ਪਿਆਰ ਔਰ ਮੌਤ ਹੈ, ਸਭ ਕੋ ਬਾੜੇਂਗੇ ਹਮ ਹਮਾਰੇ ਦੇਸ਼ ਵਾਸੀਓਂ ਕੋ। ਜਦੋਂ ਤੁਸੀਂ ਸਵੇਰ ਨੂੰ ਉੱਠਦੇ ਹੋ ਤਾਂ ਸਵੇਰ ਨੂੰ ਤੁਹਾਡਾ ਇੱਕ ਸੈਸ਼ਨ ਹੁੰਦਾ ਕਿ ਤੁਸੀਂ ਸੁਲਤਾਨਪੁਰ ਲੋਧੀ ਜਿੱਥੇ ਇਸ ਸਮੇਂ ਰਹਿ ਰਹੇ ਹੋ, ਆਲੇ ਦੁਆਲੇ ਤੁਸੀਂ ਸੇਵਾ ਕਰਨ ਲਈ ਜਾਂਦੇ ਹੋ, ਸਾਫ਼ ਸਫਾਈ ਦਾ ਧਿਆਨ ਰੱਖਦੇ ਹੋ, ਕਿਉਂਕਿ 550ਵਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ, ਉਸ ਸੰਬੰਧ ਦੇ ਵਿੱਚ ਵੀ ਸਫਾਈ ਪ੍ਰਬੰਧ ਚੱਲਦੇ ਆ, ਉਹ ਜਿਹੜਾ ਬਾਹਰ ਨਿਕਲ ਕੇ ਤੁਸੀਂ ਮਾਹੌਲ ਦੇਖਦੇ ਹੋ, ਜਿਸ ਤਰੀਕੇ ਨਾਲ ਸੇਵਾ ਕਰਦੇ ਹੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ, ਉਹਨਾਂ ਦੀਆਂ ਸਿੱਖਿਆਵਾਂ ਦੇ ਬਾਰੇ ਕਿੰਨਾ ਕੁ ਤੁਹਾਨੂੰ ਜਾਣਕਾਰੀ ਇੱਥੋਂ ਮਿਲ ਰਹੀ ਹੈ ਪੰਜਾਬ? ਸਰ ਪਹਿਲੀ ਵਾਰ ਤਾਂ ਹਮਾਰਾ ਇਹ ਨੇਪਾਲ ਮੇਂ ਜੋ ਹੋਤਾ ਸਭ ਹਿੰਦੂ ਰਾਸ਼ਟਰ ਹੈ ਸਰ, ਹਮਾਰੇ ਇਹ ਸਿੱਖ ਯਹਾਂ ਕੇ ਕੁਛ ਪਤਾ ਨਹੀਂ ਥਾ ਔਰ ਗੁਰੂਦੁਆਰਾ ਕਿਆ ਹੋਤਾ ਹੈ ਹਮਾਰੀ ਇਹ ਵੀ ਪਤਾ ਨਹੀਂ ਥਾ। ਜਬ ਪੰਜਾਬ ਮੇਂ ਆਏ ਤੋ ਯਹਾਂ ਕੇ ਇਹ ਗੁਰੂਦੁਆਰਾ ਇਹ ਫਸਟ ਮੇਂ ਦੇਖ ਕੇ ਹਮ ਮਤਲਬ ਸੋ ਐਕਸਾਈਟਿਡ ਹੋ ਗਏ, ਕਿਆ ਹੈ ਕੈਸਾ ਹੈ ਕਿਆ ਹੈ। ਜਬ ਯਹਾਂ ਜੋ ਮੀਟਿੰਗ ਚੱਲ ਰਹੇ ਤੋ ਸਭ ਐਕਸਪਲੇਨ, ਗੁਰੂ ਨਾਨਕ ਬੈਠੇ ਹੋਏ ਰਾਸ਼ਟਰ ਹੈ ਇਹ, ਔਰ ਰਾਸ਼ਟਰ ਮੇਂ ਸੇ ਵੀ ਇਹ ਜੋ ਲੋਧੀ ਹੈ, ਸੁਲਤਾਨਪੁਰ ਲੋਧੀ, ਯਹਾਂ ਪਰ ਉਹ ਕਰਤੇ ਬੈਠੇ ਕਰਤੇ ਥੇ ਗੁਰੂ ਨਾਨਕ ਕਾ ਇਹ ਬੈਠਨੇ ਕਾ ਸਥਲ ਹੈ, ਔਰ ਹਮਾਰੇ ਕੋ ਉਸ ਦਿਨ ਵਹਾਂ ਨਦੀ ਵੀ ਹੈ, ਸਮਥਿੰਗ ਕਿਆ ਵੇਨ ਬੋਲਤੇ ਹੈ ਉਸਕੋ, ਵੇਨ ਬੋਲਤੇ ਹੈ, ਪਵਿੱਤਰ ਵੇਨ, ਵਹਾਂ ਗੁਰੂ ਨਾਨਕ ਸਨਾਨ ਵੀ ਕਰਤੇ ਥੀ ਕਰਕੇ ਹਮਾਰੇ ਕੋ ਬਤਾਇਆ ਥਾ, ਔਰ ਵਹਾਂ ਸਾਰੇ ਮਤਲਬ ਪਲੇਸਿਸ ਔਰ ਹਮ ਪਲੇਸਿਸ ਹਮੇ ਘੁਮਾਨੇ ਲਗੇ ਥੇ, ਔਰ ਗੁਰੂ ਨਾਨਕ ਕੇ ਬਾਰੇ ਮੇਂ ਤੋ ਸਾਰੇ ਨੌਲੇਜ ਵੀ ਦੀਏ ਹੋਏ ਹੈ। ਅੱਛਾ ਲੱਗਤਾ ਹੈ ਜੇ ਸਭ ਦੇਖ ਕਰ ਸੁਣ ਕਰ? ਹਾਂ ਬਹੁਤ ਅੱਛਾ ਲੱਗਤਾ ਹੈ, ਯਹਾਂ ਕਾ ਜੋ ਵੀ ਮੈਨੇਜਮੈਂਟ ਤਰੀਕਾ, ਹਾਂ ਇੱਕ ਬਾਰ ਮੈਂ ਜ਼ਰੂਰ ਕਰਨਾ ਚਾਹਾਂ, ਮੈਂ ਇੱਕ ਮੈਨੇਜਮੈਂਟ ਸਟ੍ਰੀਮ ਸੇ ਸਟ੍ਰੀਮ ਕਾ ਸਟੂਡੈਂਟ ਹੂੰ, ਇਹ ਮੇਰਾ ਗ੍ਰੈਜੂਏਸ਼ਨ ਈਅਰ ਹੈ, ਫਾਈਨਲ ਈਅਰ ਹੈ ਬੀ ਬੀ ਏ ਕਾ, ਔਰ ਸਾਰੇ ਹਮ ਕਾਲਜ ਸੇ ਹੀ ਆਏ ਹੋ ਮੈਨੇਜਮੈਂਟ ਫੀਲਡ ਕੀ ਤਰਫ ਸੇ। ਯਹਾਂ ਕਾ ਜੋ ਗੁਰੂਦੁਆਰਾ ਹੈ ਜੋ 10,000 ਸੇ ਜ਼ਿਆਦਾ ਲੋਕੋਂ ਕੋ ਖਾਣਾ ਖਿਲਾਤੇ ਹੈ ਸਰ, ਮਾਇੰਡ ਬਲੋਇੰਗ ਹੈ ਸਰ, ਕੈਸੇ ਮੈਨੇਜਮੈਂਟ ਕਰਤੇ ਹੈ ਪਤਾ ਨਹੀਂ, ਕੈਸੇ ਕਿਆ ਕਰਤੇ ਹੈ ਪਤਾ ਨਹੀਂ, ਖਾਣਾ ਜਬ ਵੀ ਜਾਓ ਫਰੈਸ਼ ਹੋਤਾ ਹੈ, ਜਬ ਵੀ ਜਾਓ ਮਿਲਤਾ ਹੈ,
क्या बोलूँ सर, कुछ बोलने के लिए नहीं है। मैं सैल्यूट करता हूँ सर इस लोगों को। और आपको ये बता दूँ कि ये जो लंगर की प्रथा है, जो आपको बोल रहे हैं ना कि खाना फ्रेश मिलता है, जब भी जाओ मिलता है, श्री गुरु नानक देव जी की शुरू की हुई ये प्रथा है। उन्होंने ही पहले पहल इस की पहल की थी, उसको सच्चा सौदा बोलते हैं। जब उन्होंने जो बिजनेस करने के लिए पैसा दिया गया था उनको, तो उन पैसों से उन्होंने भूखे साधुओं को भोजन करवाया था। सो तभी से ये प्रथा पंजाब में चली आ रही है। और गुरु नानक देव जी के प्रकाश पर्व के उपलक्ष में यहाँ ये सेमिनार आयोजित किया गया है। आप आए हैं, आपका धन्यवाद आने के लिए। और मुझे उम्मीद है कि बहुत कुछ सीख कर, बहुत सारा प्यार लेकर पंजाब से आप जाएंगे। जरूर सर, जरूर हम वादे करते हैं। जो मैंने कहा हूँ, आपका प्यार और मोहब्बत जो भी है, मैं संभाल के उसे अपने देश लेके अपने देशवासियों के जरूर बांटूंगा। और हमारे टीम से भी यही कहना है सर। ਸੋ ਜਿਹੜਾ ਕੈਂਪ ਲੱਗਾ ਹੈ ਉਸ ਬਾਬਤ ਸੰਤ ਬਲਬੀਰ ਸਿੰਘ ਸੀਚੇਵਾਲ ਹੋਰਾਂ ਤੋਂ ਪੁੱਛਦੇ ਆ, ਕਿਉਂਕਿ ਸਿੱਧੇ ਤੌਰ 'ਤੇ ਰਾਬਤਾ ਤੁਹਾਡੇ ਨਾਲ ਵੀ ਇਹਨਾਂ ਵਿਦਿਆਰਥੀਆਂ ਦਾ ਬਣਦਾ, ਬਕਾਇਦਾ ਤੁਹਾਡੇ ਕੋਲ ਆਉਂਦੇ ਆ। ਜਦੋਂ ਅਸੀਂ ਇਹ ਵੱਖਰੇ ਵੱਖਰੇ ਸੂਬਿਆਂ ਅਤੇ ਵੱਖਰੀਆਂ ਵੱਖਰੀਆਂ ਕੰਟਰੀਜ਼ ਤੋਂ ਆਏ ਹੋਏ ਬੱਚਿਆਂ ਦੀ ਇੱਥੇ ਆਮਦ ਦੀ ਗੱਲ ਕਰਦੇ ਹਾਂ, ਇੱਥੇ ਆਣ ਕੇ, ਕਿਉਂਕਿ 550ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਇੱਕ ਕੈਂਪ ਹੈ ਔਰ ਕੈਂਪ ਦੇ ਜ਼ਰੀਏ ਬਹੁਤ ਕੁਝ ਸਿੱਖ ਰਿਹਾ, ਤੁਹਾਡੇ ਵੱਲੋਂ ਕਿਵੇਂ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਵੇਂ ਉਹਨਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ, ਉਹਨਾਂ ਦੇ ਵਿਚਾਰ ਔਰ ਬਾਣੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਕਿਉਂਕਿ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਅਵਤਾਰ ਪੁਰਬ ਆ ਰਿਹਾ। ਸੋ 5,500 ਬੱਚਾ ਜਿਹਦੇ ਵਿੱਚ ਵੱਖ ਵੱਖ ਸਟੇਟਾਂ ਦੇ ਬੱਚੇ ਆ, ਫਿਰ ਸ਼੍ਰੀਲੰਕਾ, ਇੰਡੋਨੇਸ਼ੀਆ, ਨੇਪਾਲ, ਬੰਗਲਾਦੇਸ਼, ਵੱਖ ਵੱਖ ਸਟੇਟਾਂ ਦੇ ਬੱਚੇ ਇਹਦੇ ਵਿੱਚ ਸ਼ਾਮਿਲ ਹੋਏ ਆ। ਅਤੇ ਜਿਹੜੀ ਨੌਜਵਾਨ ਪੀੜ੍ਹੀ ਵਾਸਤੇ ਸੁਲਤਾਨਪੁਰ ਲੋਧੀ, ਵੱਖ ਵੱਖ ਉਹ ਸਟੇਟ ਜਿਨ੍ਹਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਜਾਂ ਇੱਧਰ ਬਿਲਕੁਲ ਵਾਕਫ ਨਹੀਂ, ਅਸੀਂ ਦੇਖਿਆ ਕਿ ਕੱਲ੍ਹ ਇੱਥੇ ਸਾਮੀ ਤੇਲੰਗਾਨਾ ਦੇ ਬੱਚੇ ਜਿਹੜੇ ਆ, ਸਾਨੂੰ ਉਹ ਬਿਲਕੁਲ ਨਹੀਂ ਜਿਹੜੀ ਉਹ ਸਮਝ ਆਈ, ਕਿ ਸਗੋਂ ਬਾਅਦ ਵਿੱਚ ਸਾਨੂੰ ਦੱਸਿਆ ਕਿ ਉਹਨਾਂ ਸਾਰੇ ਬੱਚਿਆਂ ਦੇ ਪੱਗਾਂ ਬੰਨੀਆਂ ਹੋਈਆਂ ਸੀ। ਉਹ ਅਸੀਂ ਨਹੀਂ ਉਹਨਾਂ ਨੂੰ ਪਛਾਣ ਸਕੇ ਵੀ ਇਹ ਪੰਜਾਬੀ ਬੱਚੇ ਆ ਜਾਂ ਬਾਹਰਲੇ ਸਟੇਟ ਤੋਂ ਆਏ ਆ, ਪਰ ਉਹਨਾਂ ਦੇ ਅੰਦਰ ਚਾਅ ਸੀ, ਖੁਸ਼ੀ ਸੀ, ਅਤੇ ਉਹ ਆਣ ਕੇ ਇੱਥੇ ਸੇਵਾ ਵੀ ਕਰਦੇ ਆ, ਸ਼ਹਿਰ 'ਚੋਂ ਪਲਾਸਟਿਕ ਚੁੱਕ ਰਹੇ ਆ, ਸਫਾਈ ਕਰ ਰਹੇ ਆ, ਅਤੇ ਹੋਰ ਵੀ ਵੱਖ ਵੱਖ ਜਿਹੜੇ ਹੈਗੇ ਆ ਕਾਰਜਾਂ ਦੇ ਵਿੱਚ ਆਪਣਾ ਹਿੱਸਾ ਪਾ ਰਹੇ ਆ। ਇਹ ਬੜੀ ਖੁਸ਼ੀ ਦੀ ਗੱਲ ਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਇਹ ਬੱਚੇ ਜਿਹੜੇ ਹੈ ਵੱਖ ਵੱਖ ਸਟੇਟਾਂ 'ਚ ਲੈ ਕੇ ਜਾਣਗੇ, ਬਾਹਰਲੇ ਮੁਲਕਾਂ 'ਚ ਲੈ ਕੇ ਜਾਣਗੇ, ਇਹ ਗੁਰੂ ਨਾਨਕ ਪਾਤਸ਼ਾਹ ਦੀ ਇਸ ਧਰਤੀ ਦੀ ਸੋਭਾ ਕਰਨਗੇ, ਉਹਨਾਂ ਦੇ ਵਿਚਾਰਧਾਰਾ ਨੂੰ ਨਾਲ ਲੈ ਕੇ ਜਾਣਗੇ। ਸੋ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਅਵਤਾਰ ਪੁਰਬ ਆ ਉਹਦੀ ਸ਼ੁਰੂਆਤ ਹੋ ਚੁੱਕੀ ਆ, ਜਿੱਥੇ ਵੱਖ ਵੱਖ ਦੇਸ਼ਾਂ ਤੋਂ ਗੁਰਸੰਗਤਾਂ ਆ ਰਹੀਆਂ, ਅਤੇ ਜੋ ਇਹ ਜਿਹੜਾ ਵੱਖ ਵੱਖ ਸਟੇਟਾਂ ਤੋਂ ਜਿਹੜਾ ਸਾਡੇ ਨੌਜਵਾਨ ਆ ਰਿਹਾ ਉਹਨਾਂ ਵਾਸਤੇ ਉਹਨਾਂ ਦਾ ਇੱਥੇ ਆਉਣਾ ਅਤੇ ਇੱਥੇ ਕੈਂਪ ਲਾਉਣਾ, 8 ਦਿਨ ਇੱਥੇ ਰਹਿਣਾ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਇਤਿਹਾਸ ਨੂੰ ਜਾਣਨਾ ਅਤੇ ਪੰਜਾਬੀ ਜਿਹੜੀ ਹੈ ਉਹਨੂੰ ਸਿੱਖਣਾ, ਇਹ ਇੱਕ ਬਹੁਤ ਵਧੀਆ ਗੱਲ ਹੈ। ਇਹਦੇ ਨਾਲ ਸਾਡੀ ਭਾਈਚਾਰਕ ਸਾਂਝ, ਆਪਸੀ ਪਿਆਰ, ਜਿਹੜੀ ਇਹ ਜਿਹੜੀ ਇੱਕ ਜੁੱਟਤਾ ਜਿਹੜੀ ਹੈ ਉਹ ਸਾਡੇ ਵਿੱਚ ਸਾਰਿਆਂ ਦੇ ਆਉਂਦੀ ਹੈ।
ਕਿਉਂਕਿ ਜਦੋਂ ਅਸੀਂ ਗੁਰਬਾਣੀ ਦੀ ਗੱਲ ਕਰਦੇ ਗੁਰਬਾਣੀ ਵੀ ਕਹਿੰਦੀ ਇੱਕ ਪਿਤਾ ਇੱਕ ਸਕੇਹਮ ਬਾਰਿਕ ਹੈ ਨਾ। ਸੋ ਉਹ ਜਿਹੜੀ ਭਾਵਨਾ ਆ ਉਹ ਜਿਹੜੇ ਵਿਚਾਰ ਹੈ ਇਹਨਾਂ ਵਿਦਿਆਰਥੀਆਂ ਦੇ ਇੱਕਜੁੱਟ ਹੋਣ ਦੇ ਨਾਲ ਇੱਥੇ ਆਣ ਕੇ ਜਿਹੜਾ ਸੇਵਾ ਕਰਨ ਦੇ ਨਾਲ ਉਹ ਸਭ ਕੁਝ ਇੱਕਮਿਕ ਹੁੰਦਾ ਨਜ਼ਰ ਆ ਰਿਹਾ। ਅਤੇ ਨਾਲ ਦੀ ਨਾਲ ਤੁਸੀਂ ਗੱਲ ਕੀਤੀ ਕਿ ਪਗੜੀਆਂ ਪਹਿਨ ਕੇ ਵਿਦਿਆਰਥੀ ਜਿਹੜੇ ਆ ਉਹ ਵੱਖਰੇ ਵੱਖਰੇ ਸੂਬਿਆਂ ਦੇ ਜਿਹੜੇ ਆ ਉਹ ਆ ਰਹੇ ਆ, ਕੀ ਬਾਹਰੀ ਪਹਿਰਾਵੇ ਤੱਕ ਸੀਮਤ ਰੱਖਿਆ ਜਾ ਰਿਹਾ ਜਾਂ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਹਨਾਂ ਦੇ ਆਦਰਸ਼ ਉਹਨਾਂ ਦੇ ਵਿਚਾਰਾਂ ਦੇ ਨਾਲ ਜੋੜਨ ਦੀ ਵੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ? ਕਿਉਂਕਿ ਕੁਝ ਵਿਦਿਆਰਥੀਆਂ ਨਾਲ ਗੱਲਾਂ ਬਾਤਾਂ ਹੋਈਆਂ ਸੀ, ਕੁਝ ਚੀਜ਼ਾਂ ਉਹਨਾਂ ਨੇ ਸਿੱਖੀਆਂ ਵੀ ਹੈ। ਸੋ ਤੁਹਾਡੇ ਮੁਤਾਬਕ ਕੀ ਕੁਝ ਕੀਤਾ ਜਾ ਰਿਹਾ ਨਾਲ ਦੀ ਨਾਲ? ਕਿਉਂਕਿ 8 ਦਿਨਾਂ ਦੇ ਵਿੱਚ ਜਿੰਨਾ ਕੁ ਹੈ ਇੱਥੇ ਪ੍ਰੋਗਰਾਮ ਵੱਖ ਵੱਖ ਆਉਂਦੇ ਆ, ਸਾਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ। ਉਹਦੇ ਨਾਲ ਨਾਲ ਜਿਹੜੇ ਬਾਹਰਲੇ ਮੁਲਕ ਦੇ ਜਿਹੜੇ ਹੈਗੇ ਪੰਜਾਬੀ ਨਹੀਂ ਜਾਣਦੇ ਉਹਨਾਂ ਨੂੰ ਪੰਜਾਬੀ ਵੀ ਸਿਖਾਈ ਜਾਂਦੀ ਆ, ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਕਿ ਸਿੱਖ ਇਤਿਹਾਸ ਹੈ ਕੀ ਹੈ। ਵੱਖ ਵੱਖ ਤਰ੍ਹਾਂ ਦੇ ਨਾਲ ਬੱਚੇ ਜਿਹੜੇ ਹੈਗੇ, ਕਿਉਂਕਿ ਉਹਨਾਂ ਦੇ ਕੋਲ ਇੱਥੇ ਦੇ ਵੱਖ ਵੱਖ ਬੁਲਾਰੇ ਸੱਦੇ ਜਾਂਦੇ ਆ ਤਾਂ ਕਿ ਕੋਈ ਹਰ ਭਾਸ਼ਾ ਦੇ ਵਿੱਚ ਉਹਨਾਂ ਨੂੰ ਇਤਿਹਾਸ ਬਾਰੇ ਦੱਸ ਸਕੇ। ਸੋ ਇੱਕ ਬਹੁਤ ਵੱਡਾ ਜੋ ਕਹਿ ਲਈਏ ਕਿ ਇਹ ਵਿਦਿਆਰਥੀਆਂ ਦਾ ਇੱਕ ਕੁੰਭ ਲੱਗਾ ਹੋਇਆ ਜਿਹਦੇ ਵਾਸਤੇ ਬਹੁਤ ਕੁਛ ਉਹ ਸਿੱਖ ਕੇ ਜਾਣਗੇ। ਕਿਉਂਕਿ ਸਵੇਰ ਦਾ ਜਿਹੜਾ ਅਭਿਆਨ ਸੀ ਉਹ ਖਤਮ ਹੋ ਚੁੱਕਾ ਹੈ, ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਸ਼ਾਮ ਢਲਣੀ ਸ਼ੁਰੂ ਹੋ ਗਈ ਹੈ, ਔਰ ਜਿਵੇਂ ਜਿਵੇਂ ਸ਼ਾਮ ਢਲ ਰਹੀ ਹੈ ਤਿਵੇਂ ਤਿਵੇਂ ਇਹਨਾਂ ਦੇ ਕੈਂਪ ਦਾ ਰੰਗ ਵੀ ਹੌਲੀ ਹੌਲੀ ਬਦਲਣਾ ਸ਼ੁਰੂ ਹੋ ਗਿਆ ਆ। ਸਵੇਰੇ ਸਫਾਈ, ਉਸ ਤੋਂ ਬਾਅਦ ਲੈਕਚਰ, ਅਤੇ ਜਿਵੇਂ ਸ਼ਾਮ ਆਉਂਦੀ ਹੈ ਫਿਰ ਰੰਗਾਰੰਗ ਕਲਚਰਲ ਪ੍ਰੋਗਰਾਮ ਹੁੰਦਾ ਹੈ ਜਿਸ ਦੇ ਵਿੱਚ ਹਰ ਕੰਟਰੀ ਹਰ ਸਟੇਟ ਆਪਣੇ ਆਪਣੇ ਸੂਬੇ ਆਪਣੇ ਆਪਣੇ ਦੇਸ਼ ਦੇ ਲੋਕ ਰੰਗ ਜਿਹੜਾ ਆ ਉਹ ਪਰਫੋਰਮ ਕਰਦੇ ਨੇ। ਔਰ ਇਸ ਵੇਲੇ ਸਾਡੇ ਨਾਲ ਇੰਡੋਨੇਸ਼ੀਆ ਦੇ ਸਟੂਡੈਂਟ ਨੇ, ਅੰਗਰੇਜ਼ੀ ਮੇਰੀ ਵੀ ਠੀਕ ਠਾਕ ਹੈ, ਕੋਸ਼ਿਸ਼ ਕਰਾਂਗਾ ਕਿ ਅੰਗਰੇਜ਼ੀ ਦੇ ਵਿੱਚ ਇਹਨਾਂ ਨਾਲ ਗੱਲ ਕਰ ਸਕਾਂ ਕਿਉਂਕਿ ਹਿੰਦੀ ਨਹੀਂ ਬੋਲ ਪਾ ਰਹੇ। ਫਸਟਲੀ ਟੈਲ ਮੀ ਯੋਰ ਨੇਮ ਐਂਡ ਫਰੋਮ ਵਿਚ ਕੰਟਰੀ ਯੂ ਆਰ? ਓਮ ਸਵਾਸਤੁ, ਨਮਸਕਾਰ, ਮਾਈ ਨੇਮ ਇਸ ਪੁਤੋਰੇਨੀ ਰਹਮਾਵਤੀ, ਆਈ ਐਮ ਫਰੋਮ ਬਾਲੀ, ਇੰਡੋਨੇਸ਼ੀਆ। ਅਬਾਊਟ ਯੋਰ ਐਕਸਪੀਰੀਅੰਸ ਇਨ ਅ ਪੰਜਾਬ ਇਨ ਦੈਟ ਕੈਂਪ, ਵਟ ਡੂ ਯੂ ਫੀਲ? I feel so blessed, I feel so glad to be here because I can learn all things about India, especially from Punjab, and I get more experience. I can meet all people around India. I can self my self discipline more better than before. What do you feel difference between Indonesian and India? Indonesia and India maybe same, but maybe the culture is little bit different, but I go here to promoting our culture also. When you attend lecture section, so many lecture say about Guru Nanak Dev Ji. What do you know about Guru Nanak Dev Ji? Guru Nanak Dev Ji, the 10 of the guru in Punjab, yeah. I know that from the with the what's the name of the holy that's hall, yeah, Guru Dwara. I know that, yeah, that my just little Bebe Nanki also, I know just little bit, yeah. ਬਿਲਕੁਲ, ਜਿੰਨੇ ਕੁ ਸ਼ਬਦ ਯਾਦ ਰਹਿੰਦੇ ਨੇ ਜਿੰਨਾ ਕੁ ਇਤਿਹਾਸ ਯਾਦ ਰਹਿੰਦਾ, ਪਰ ਘੱਟੋ ਘੱਟ ਇੱਕ ਜ਼ਰੂਰ ਹੈ ਕਿ ਇਹ ਟਣਕਦੇ ਰਹਿਣਗੇ ਨਾਮ ਇਹਨਾਂ ਦੇ ਜ਼ਿਹਨਾਂ ਦੇ ਵਿੱਚ, ਇਹਨਾਂ ਦੇ ਦਿਮਾਗਾਂ ਦੇ ਵਿੱਚ। ਇੱਕ ਚੀਜ਼ ਥੋੜ੍ਹੀ ਜਿਹੀ ਹੋਰ ਮੈਂ ਜਾਣੀ ਚਾਹੁੰਦਾ, ਵਟ ਡੂ ਯੂ ਥਿੰਕ ਅਬਾਊਟ ਪੰਜਾਬ ਐਂਡ ਪੰਜਾਬੀ ਪੀਪਲ?
Punjabi people is nice because I can eat the some food in the temple, and the discipline of the life I can learn all in Punjab. Do you think any difference between Punjabi culture and Indonesian culture? Which you think it's better? It's maybe a little bit different, just little bit, because in our country in Bali also we do in the temple we do it together also when the ceremony, like in Punjab also. ਇਹਨਾਂ ਵਿਦਿਆਰਥੀਆਂ ਦਾ 3 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹ ਕੈਂਪ ਜਿਹੜਾ ਉਹ ਲੱਗਾ ਹੋਇਆ ਔਰ ਇਹਨਾਂ 7 ਕੁ ਦਿਨਾਂ ਦੇ ਵਿੱਚ ਇਹਨਾਂ ਵਿਦਿਆਰਥੀਆਂ ਨੇ ਜੋ ਸਦਭਾਵਨਾ ਸਿੱਖੀ ਹੈ, ਜੋ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੇ ਨਾਲ ਇਹ ਓਤ ਪ੍ਰੋਤ ਹੋਏ ਨੇ, ਉਹਨਾਂ ਵਿਚਾਰਾਂ ਨੂੰ ਲੈ ਕੇ ਆਪੋ ਆਪਣੇ ਸੂਬੇ ਆਪੋ ਆਪਣੇ ਦੇਸ਼ ਜਾਣਗੇ ਅਤੇ ਉੱਥੇ ਜਾ ਕੇ ਹੋਰਨਾਂ ਲੋਕਾਂ ਦੇ ਨਾਲ ਸੰਵਾਦ ਰਚਾ ਕੇ ਪੰਜਾਬ ਦੀ ਸੰਸਕ੍ਰਿਤੀ, ਪੰਜਾਬ ਦੇ ਇਹ ਵਿਚਾਰਧਾਰਾ, ਪੰਜਾਬ ਦੇ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਆਪਣੇ ਨਾਲ ਲੈ ਕੇ ਜਾਣਗੇ ਔਰ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜ਼ਾਹਰਾ ਤੌਰ 'ਤੇ ਕਹਿ ਸਕਦੇ ਹਾਂ ਕਿ ਆਪਣੇ ਨਾਲ ਜ਼ਰੂਰ ਲੈ ਕੇ ਜਾਣਗੇ, ਉਹਦਾ ਵਿਸਥਾਰ ਜਿਹੜਾ ਉਹ ਜ਼ਰੂਰ ਕਰਨਗੇ। ਰੋਜ਼ਾਨਾ ਦੀ ਤਰ੍ਹਾਂ ਜਿਹੜਾ ਅੱਜ ਵੀ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਸੇ ਤਰੀਕੇ ਨਾਲ ਇਹ ਟਰਾਲੀ ਦੇ ਵਿੱਚ ਸਵਾਰ ਹੋ ਕੇ ਆਏ ਨੌਜਵਾਨ ਵਿਦਿਆਰਥੀ ਅਤੇ ਇਸੇ ਤਰੀਕੇ ਨਾਲ ਇੱਥੋਂ ਰੁਖਸਤ ਹੋ ਰਹੇ ਆ ਆਪਣੀ ਸੇਵਾ ਕਰਨ ਤੋਂ ਬਾਅਦ ਔਰ ਇਹੀ ਰੂਟੀਨ ਇਹਨਾਂ ਦੀ 7 ਦਿਨ ਲਗਾਤਾਰ ਜਾਰੀ ਰਹੇਗੀ ਔਰ ਇਸ ਸਭ ਦੇ ਦਰਮਿਆਨ ਇਕੱਲਾ ਸਫਾਈ ਅਭਿਆਨ ਨਹੀਂ ਚੱਲਦਾ ਬਲਕਿ ਇਹਨਾਂ ਵੱਖਰੀਆਂ ਵੱਖਰੀਆਂ ਸਟੇਟਸ ਤੋਂ ਆਏ ਵਿਦਿਆਰਥੀਆਂ ਦੀ ਆਪਸ ਦੇ ਵਿੱਚ ਗੱਲਬਾਤ ਹੁੰਦੀ ਆ, ਆਪਸ ਦੇ ਵਿੱਚ ਸਾਂਝੀ ਵਾਲਤਾ ਬਣਦੀ ਆ, ਆਪਸ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਦੇ ਆ ਔਰ ਇਹ ਵਿਦਿਆਰਥੀ ਜਦੋਂ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਸਿੱਧੇ ਤੌਰ 'ਤੇ ਇਹਨਾਂ ਨੇ ਕਿਹਾ ਕਿ ਬਹੁਤ ਕੁਝ ਗ੍ਰਹਿਣ ਕਰਕੇ ਜਾ ਰਿਹਾ ਪੰਜਾਬ ਦੇ ਵਿੱਚੋਂ, ਪੰਜਾਬੀ ਮਿੱਟੀ ਦੇ ਵਿੱਚੋਂ ਜਿਹੜੀ ਮਹਿਕ ਆਪਣੇ ਨਾਲ ਲੈ ਕੇ ਜਾ ਰਿਹਾ ਉਹ ਉਮੀਦ ਰੱਖਦੇ ਹਾਂ ਕਿ ਬਿਹਤਰ ਅਨੁਭਵ ਲੈ ਕੇ ਇੱਥੋਂ ਜਾ ਰਿਹਾ। ਕੈਮਰਾਮੈਨ ਬੌਬੀ ਦੇ ਨਾਲ ਜਸਵੀਰ, TV ਪੰਜਾਬ, ਸੁਲਤਾਨਪੁਰ ਲੋਧੀ।